ਸਤਿ ਸ੍ਰੀ ਅਕਾਲ ਰੇਡੀਓ ਜੀ ਪੰਜਾਬ ਦੇਖ ਰਹੇ ਸਾਰੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਹਰਜਿੰਦਰ ਵਾਲੀਆ ਦੀ ਸਤਿ ਸ੍ਰੀ ਅਕਾਲ। ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਪ੍ਰੋਗਰਾਮ ਖਬਰਸਾਰ। ਖਬਰਸਾਰ ਪ੍ਰੋਗਰਾਮ ਦੇ ਵਿੱਚ ਤੁਸੀਂ ਹਰ ਰੋਜ਼ ਇਹ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਉਹ ਸੁਰਖੀਆਂ ਅਤੇ ਸਾਡੀ ਵਿਆਖਿਆ ਜਿਹੜੀਆਂ ਸਾਡੇ ਜ਼ਿੰਦਗੀ 'ਤੇ ਪ੍ਰਭਾਵ ਪਾਉਂਦੀਆਂ ਨੇ, ਅਤੇ ਉਹ ਪ੍ਰਭਾਵ ਜਿਹੜਾ ਸਾਡੀ ਜ਼ਿੰਦਗੀ 'ਤੇ ਪੈਂਦਾ ਉਹ ਖਬਰਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਨੇ, ਜੇ ਖਾਸ ਤੌਰ 'ਤੇ ਅਖਬਾਰਾਂ ਦੇ ਵਿੱਚ ਉਹ ਮੁੱਖ ਸੁਰਖੀ ਬਣਦੀਆਂ ਨੇ। ਅਤੇ ਮੈਂ ਇਹ ਸਮਝਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ, ਕਿਉਂਕਿ ਲਾਈਵ ਪ੍ਰੋਗਰਾਮ ਹੈ, ਤਾਂ ਤੁਸੀਂ ਸਾਡੇ ਸਟੂਡੀਓ ਦੇ ਨੰਬਰ ਨੂੰ ਨੋਟ ਕਰ ਲਓ। ਉਹ ਹੈ +9178148474006। ਪਿਆਰੇ ਸਰੋਤਿਓ, ਇੰਡੀਆ ਦਾ ਜਿਹੜਾ ਟਾਈਮ ਹੁੰਦਾ 8:30, ਉਸ ਵੇਲੇ ਅਸੀਂ ਇੰਡੀਅਨ ਸਟੈਂਡਰਡ ਟਾਈਮ ਸ਼ਾਮ ਨੂੰ 8:30 ਇਹ ਪ੍ਰੋਗਰਾਮ ਲਾਈਵ ਕਰਦੇ ਹਾਂ। ਅੱਜ ਇਹ ਪ੍ਰੋਗਰਾਮ ਅਸੀਂ 8:30 ਜਿਹੜਾ ਉਹ ਲਾਈਵ ਕਰਨ ਦੀ ਬਜਾਏ ਰਿਪੀਟ ਕਰਾਂਗੇ। ਅੱਜ ਅਸੀਂ ਪ੍ਰੋਗਰਾਮ ਜਿਹੜਾ ਹੈ ਹੁਣ ਲਾਈਵ ਕਰ ਰਹੇ ਹਾਂ, ਔਰ ਜਿਹੜੇ ਸਾਡੇ ਅਮਰੀਕਾ ਦੇ ਸਰੋਤੇ ਨੇ ਉਹਨਾਂ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਨਾਲ ਫੋਨ ਕਾਲ ਰਾਹੀਂ ਜੁੜਨਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਸਾਡਾ, +1 631 8569507। ਯੂ ਐੱਸ ਏ ਦੇ ਸਰੋਤਿਆਂ ਲਈ ਨੰਬਰ ਹੈ +1 631 8555907। ਕੈਨੇਡਾ ਦੇ ਸਰੋਤੇ +1 438 800 6676 ਨਾਲ ਸਾਡੇ ਨਾਲ ਜੁੜ ਸਕਦੇ ਨੇ, +1 438 800 6676 ਦੇ ਨਾਲ। ਆਸਟ੍ਰੇਲੀਆ ਦੇ ਸਰੋਤੇ ਸਾਡੇ ਨਾਲ ਜਿਹੜੇ ਜੁੜ ਸਕਦੇ ਨੇ +61 261 9492, +61 261 9492 ਨਾਲ। ਔਰ ਯੂਕੇ ਦੇ ਬਰਤਾਨੀਆ ਦੇ ਸਰੋਤੇ +44 330 9981108, +44 330 9981108। ਸਟੂਡੀਓ ਦਾ ਨੰਬਰ ਸਾਡਾ ਜਿਹੜਾ ਹੈ ਨੋਟ ਕਰ ਲਓ, ਉਹ ਹੈ +9178148474006। ਇਹ ਸਾਡਾ ਨੰਬਰ ਹੈ। ਔਰ ਨਾਲ ਸਾਡੇ ਜਿਹੜੇ radiogpunjab@gmail.com, ਇਹਦੇ ਰਾਹੀਂ ਸਾਨੂੰ ਸਵਾਲ ਕਰ ਸਕਦੇ ਹੋ। info@radiogpunjab.com 'ਤੇ ਵੀ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ 'ਤੇ ਵੀ ਤੁਹਾਡਾ ਸਵਾਲ ਆ ਸਕਦਾ। ਸੋ ਪਿਆਰੇ ਸਰੋਤਿਓ, ਸਟੂਡੀਓ ਦਾ ਨੰਬਰ ਇੱਕ ਵਾਰੀ ਫਿਰ ਦੱਸ ਦੇਵਾਂ, ਕਿਉਂਕਿ ਮੈਨੂੰ ਆਸ ਹੈ ਕਿ ਤੁਸੀਂ ਸਾਡਾ ਜਿਹੜਾ ਹੈ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਵੋਗੇ, ਔਰ ਤੁਸੀਂ ਆਪਣਾ ਜਿਹੜਾ ਹੈ ਕੀਮਤੀ ਸੁਝਾਅ ਟਿੱਪਣੀ ਸਾਡੇ ਨਾਲ ਤੁਸੀਂ ਦਿਓਗੇ। ਸਟੂਡੀਓ ਦਾ ਨੰਬਰ ਹੈ +91 781 484 7406। ਸੋ ਜਿੱਥੇ ਤੱਕ ਅਸੀਂ ਖਬਰਸਾਰ ਪ੍ਰੋਗਰਾਮ ਦੇ ਪਹਿਲੀ ਖਬਰ ਜਿਹੜੀ ਲਈਏ, ਉਹ ਖਬਰ ਵੱਡੀ ਹੈ, ਤਾਜ਼ੀ ਹੈ, ਔਰ ਕੱਲ੍ਹ ਉਹ ਵੱਡੀ ਸੁਰਖੀ ਬਣੇਗੀ। ਉਹ ਖਬਰ ਹੈ ਜਗਮੀਤ ਸਿੰਘ ਬਰਾੜ, ਕਾਂਗਰਸ ਦਾ ਤੇਜ਼ ਤਰਾਰ ਨੇਤਾ। ਕਾਂਗਰਸ ਵੱਲੋਂ ਇੱਕ ਵਾਰ MP ਮੈਂਬਰ ਪਾਰਲੀਮੈਂਟ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਹਰਾ ਕੇ ਬਣਿਆ ਸੀ ਫਰੀਦਕੋਟ ਤੋਂ, ਉਹ ਬੰਦਾ ਹੁਣ ਜਿਹੜਾ ਹੈ ਉਹ ਆ ਗਿਆ ਜਿਹੜਾ ਅਕਾਲੀ ਦਲ ਦੇ ਵਿੱਚ। ਅਕਾਲੀ ਦਲ ਦੇ ਵਿੱਚ ਆਉਣ ਦਾ ਉਹਦਾ ਜਿਹੜਾ ਹੈ ਕਾਰਨ, ਅਕਾਲੀ ਦਲ ਦੇ ਵਿੱਚ ਇਸ ਕਰਕੇ ਆਇਆ ਕਿ ਜਦੋਂ 2017 ਦੀਆਂ ਚੋਣਾਂ ਸੀ, ਉਸ ਤੋਂ ਪਹਿਲਾਂ ਕਾਂਗਰਸ ਦੀ ਹਾਰ ਨੂੰ ਦੇਖ ਕੇ ਉਸਨੇ, ਜਦੋਂ ਪਿਛਲੀ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ, ਉਸ ਵੇਲੇ ਉਸਨੇ ਕ੍ਰਿਟੀਸਾਈਜ਼ ਕੀਤਾ ਸੀ ਸੋਨੀਆ ਗਾਂਧੀ ਨੂੰ, ਉਸਨੇ ਕ੍ਰਿਟੀਸਾਈਜ਼ ਕੀਤਾ ਸੀ ਰਾਹੁਲ ਗਾਂਧੀ ਨੂੰ, ਉਸਨੇ ਕ੍ਰਿਟੀਸਾਈਜ਼ ਕੀਤਾ ਸੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ। ਅਤੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨ ਲੜਨ ਦੀ ਪੂਰੀ ਤਿਆਰੀ ਵਿੱਚ ਸਨ ਅਤੇ ਕਾਂਗਰਸ ਦੇ ਪ੍ਰਧਾਨ ਬਣ ਗਏ, ਦੋ ਬੰਦੇ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਕਢਵਾਏ ਸੀ, ਇੱਕ ਜਗਮੀਤ ਸਿੰਘ ਬਰਾੜ ਅਤੇ ਦੂਜਾ ਬੀਰ ਦਵਿੰਦਰ ਸਿੰਘ। ਜਗਮੀਤ ਸਿੰਘ ਬਰਾੜ ਉਦੋਂ ਬਾਅਦ ਤ੍ਰਿਮੂਲ ਕਾਂਗਰਸ ਚਲਾ ਗਿਆ ਸੀ, ਔਰ ਮਮਤਾ ਬੈਨਰਜੀ ਦੇ ਨਾਲ ਜਿਹੜਾ ਹੈ ਉਹ ਰਲ ਕੇ ਪੰਜਾਬ ਦੇ ਵਿੱਚ ਉਹ ਗੁੱਟ ਖੜਾ ਕਰ ਰਿਹਾ ਸੀ, ਲੇਕਿਨ ਉਹਦੇ ਵਿੱਚ ਕਾਮਯਾਬ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਅੱਜ ਉਸ ਜਗਮੀਤ ਸਿੰਘ ਬਰਾੜ ਨੇ ਖੁਦ ਅਫੀਸ਼ਲੀ, ਪਹਿਲਾਂ ਵੀ ਅਸੀਂ ਥੋੜ੍ਹਾ ਗੱਲ ਕੀਤੀ ਸੀ, ਪਰ ਅੱਜ ਉਹਨੇ ਆਪਣੇ ਮੂੰਹੋਂ ਇਹ ਕਿਹਾ ਕਿ ਕੱਲ੍ਹ ਉਹ ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ 'ਚ ਚਲਾ ਜਾਏਗਾ। ਸੱਚਮੁੱਚ ਹੀ ਸਿਆਸਤ ਬੜੀ ਕੁੱਤੀ ਖੇਡ ਹੈ ਜੀ। ਜਿਹੜਾ ਬੰਦਾ ਸਭ ਤੋਂ ਜ਼ਿਆਦਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸੀ,
ਜਿਹੜੇ ਬੰਦੇ ਤੋਂ ਹਾਰ ਕੇ ਸੁਖਬੀਰ ਸਿੰਘ ਬਾਦਲ ਜ਼ਖਮੀ ਹੋਇਆ ਸੀ, ਜਿਹੜਾ ਜਗਮੀਤ ਸਿੰਘ ਬਰਾੜ ਬਹੁਤ ਉੱਚੀ ਸੁਰ ਦੇ ਵਿੱਚ ਘੇਰਦਾ ਸੀ ਬਾਦਲਾਂ ਨੂੰ, ਹੁਣ ਉਹ ਬਾਦਲਾਂ ਦੇ ਜਿਹੜਾ ਹੈ ਅਧੀਨ ਚਲਾ ਗਿਆ, ਜਾਣ ਦੀ ਤਿਆਰੀ ਦੇ ਵਿੱਚ ਹੈ, ਔਰ ਹੁਣ ਉਸਨੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਨੇਤਾ ਮੰਨ ਲਿਆ। ਗੱਲ ਬੜੀ ਸਪੱਸ਼ਟ ਹੈ ਕਿ ਇਹ ਸਿਆਸਤ ਦੇ ਵਿੱਚ ਜਦੋਂ ਤੁਸੀਂ ਪਾਰਟੀ ਤੋਂ ਵੱਖ ਹੋ ਜਾਂਦੇ ਹੋ, ਜੇ ਪਾਰਟੀ ਤੁਹਾਨੂੰ ਨਹੀਂ ਪੁੱਛਦੀ, ਇਕੱਲਾ ਬੰਦਾ ਸਿਆਸਤ ਕਰ ਕੁਛ ਨਹੀਂ ਸਕਦਾ, ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਖੇਡ ਹੁੰਦੀ ਹੈ। ਅਤੇ ਸਿਆਸਤ ਵਿੱਚ ਪਤਾ ਕੁਛ ਨਹੀਂ ਲੱਗਦਾ, ਜਿਹੜੇ ਬੰਦੇ ਤੁਹਾਡੇ ਕਈ ਵਾਰੀ ਗੋਡੀ ਹੱਥ ਲਾਉਂਦੇ ਨੇ, ਪੈਰੀ ਹੱਥ ਲਾਉਂਦੇ ਨੇ, ਤੁਹਾਨੂੰ ਲੀਡਰ ਮੰਨਦੇ, ਤੁਹਾਨੂੰ ਗੁਰੂ ਮੰਨਦੇ ਨੇ, ਉਹ ਬਹੁਤ ਵਾਰ ਫਿਰ ਤੁਹਾਡੇ ਵੱਲ ਦੇਖਦੇ ਵੀ ਨਹੀਂ। ਇਹ ਮੈਂ ਹਵਾਲਾ ਦੇ ਰਿਹਾ LK ਅਡਵਾਨੀ ਦਾ। LK ਅਡਵਾਨੀ ਹੱਥ ਜੋੜ ਕੇ ਖੜਾ ਹੈ, ਨਰਿੰਦਰ ਮੋਦੀ ਉਹਦੇ ਵੱਲ ਝਾਕ ਵੀ ਨਹੀਂ ਰਿਹਾ, ਵੀਡੀਓ ਵਾਇਰਲ ਹੋ ਰਹੀ ਹੈ, ਅਤੇ ਉਹੀ ਨਰਿੰਦਰ ਮੋਦੀ ਹੈ ਜਿਹੜਾ ਉਸ ਨੂੰ ਆਪਣਾ ਗੁਰੂ ਮੰਨਦਾ ਸੀ, ਔਰ ਗੁਰੂ ਮੰਨ ਕੇ ਜਿਹੜਾ ਹੈ ਹਮੇਸ਼ਾ ਉਹਦੇ ਪੈਰੀ ਹੱਥ ਲਾਉਂਦਾ ਸੀ। ਤੋ ਇਸ ਕਿਸਮ ਦੀ ਸਿਆਸਤ ਦੇ ਵਿੱਚ ਕਈ ਬੰਦੇ ਦੇਖੇ, ਜਿਹੜਾ ਰਾਮੂ ਵਾਲੀਆ ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਨੂੰ ਬੁਰੀ ਤਰੀਕੇ ਨਾਲ ਘੇਰਦਾ ਸੀ, ਗਾਲਾਂ ਕੱਢਦਾ ਸੀ, ਬਾਦਲ ਦਾ ਬਲੂੰਗੜਾ ਦੱਸਦਾ ਸੀ, ਉਹ ਬੰਦਾ ਫਿਰ ਆ ਗਿਆ ਸੀ ਆਪਣੀ ਪਾਰਟੀ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ 'ਚ, ਅਤੇ ਛਤਰੀ ਲੈ ਕੇ ਪਿੱਛੇ ਖੜਦਾ ਸੀ ਸੁਖਬੀਰ ਸਿੰਘ ਬਾਦਲ ਦੇ। ਫਿਰ ਇੱਕ ਵਾਰੀ ਟਿੱਬੀ ਮਾਰ ਕੇ ਜਾ ਕੇ ਅਖਿਲੇਸ਼ ਯਾਦਵ ਨਾਲ ਰਲ ਕੇ ਉੱਤਰ ਪ੍ਰਦੇਸ਼ 'ਚ ਮੰਤਰੀ ਬਣ ਗਿਆ। ਕੋਈ ਪਤਾ ਨਹੀਂ ਕੌਣ ਕਦੋਂ ਕਿਸੇ ਨੂੰ ਠਿੱਬੀ ਮਾਰ ਜੇ, ਲੇਕਿਨ ਹੁਣ ਜਗਮੀਤ ਸਿੰਘ ਬਰਾੜ ਦਾ ਆਉਣਾ ਆਪਣੇ ਆਪ ਦੇ 'ਚ ਇਹ ਵੱਡੀ ਗੱਲ ਮੰਨੀ ਜਾਂਦੀ ਹੈ ਸਿਆਸਤ ਦੇ ਵਿੱਚ। ਪਰ ਸਰੋਤਿਓ, ਤੁਸੀਂ ਸੁਣ ਰਹੇ ਪ੍ਰੋਗਰਾਮ ਖਬਰਸਾਰ, ਰੇਡੀਓ ਜੀ ਪੰਜਾਬ ਦਾ ਇਹ ਲਾਈਵ ਪ੍ਰੋਗਰਾਮ, ਔਰ ਇਹਦੇ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰ ਰਹੇ ਹਾਂ, ਔਰ ਜੇ ਤੁਸੀਂ ਵੀ ਚਰਚਾ ਕਰਨੀ ਚਾਹੁੰਦੇ ਹੋ ਸਾਡੇ ਨਾਲ, ਤੁਸੀਂ +9178148474406 'ਤੇ ਸਾਡੇ ਨਾਲ ਜੁੜ ਸਕਦੇ ਹੋ। radiogpunjab@gmail.com, info@radiogpunjab.com ਵੀ ਸਾਡਾ ਜਿਹੜਾ ਹੈ ਨੰਬਰ ਹੈ, ਜਿਹੜਾ ਈਮੇਲ ID ਹੈ, ਇਹ 'ਤੇ ਵੀ ਗੱਲ ਕਰ ਸਕਦੇ ਹੋ। ਫੇਸਬੁੱਕ ਪੇਜ 'ਤੇ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਦੂਜੀ ਖਬਰ, ਜੇ ਮੈਂ ਨਵਾਂ, ਬਹੁਤ ਮਾੜੀ ਖਬਰ ਹੈ ਸਰੋਤਿਓ, ਕਿਸਮਤ ਮਾੜੀ ਕਿਸਾਨ ਦੀ, ਹਰ ਵਕਤ ਕੋਈ ਨਾ ਕੋਈ ਵਿਪਤਾ ਪਈ ਰਹਿੰਦੀ ਹੈ, ਅਤੇ ਇਸ ਵਾਰ ਤਾਂ ਇੰਦਰ ਨਾਰਾਜ਼ ਹੋ ਗਿਆ। ਇੰਦਰ ਦੇਵਤਾ ਨੇ ਪਿਛਲੇ 2 ਦਿਨ ਉਹ ਕਹਿਰ ਜਿਹੜਾ ਹੈ ਬਰਸਾਇਆ, ਖਾਸ ਤੌਰ 'ਤੇ 4 ਰਾਜਾਂ 5 ਰਾਜਾਂ ਦੇ ਵਿੱਚ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਪੰਜਾਬ। ਪੰਜਾਬ 'ਚ ਇੱਕ ਗੱਲ ਤਾਂ ਰਹੀ ਤਸੱਲੀ ਵਾਲੀ ਕਿ ਇੱਥੇ ਕੋਈ ਮੌਤ ਨਹੀਂ ਹੋਈ। ਰਾਜਸਥਾਨ ਦੇ ਵਿੱਚ 25 ਮੌਤਾਂ ਹੋ ਗਈਆਂ, ਮੱਧ ਪ੍ਰਦੇਸ਼ 'ਚ 15 ਮੌਤਾਂ, ਗੁਜਰਾਤ ਦੇ ਵਿੱਚ 10 ਅਤੇ ਮਹਾਰਾਸ਼ਟਰ 'ਚ 3 ਲੋਕ ਮਰੇ ਨੇ। ਕਾਹਦੇ ਨਾਲ ਮਰੇ ਨੇ? ਤੇਜ਼ ਤੂਫਾਨ, ਝੱਖੜ ਅਤੇ ਅਸਮਾਨੀ ਬਿਜਲੀ ਦੇ ਨਾਲ। ਅਤੇ ਪੰਜਾਬ ਦੇ ਵਿੱਚ ਔਰ ਸਾਰੇ ਰਾਜਾਂ ਦੇ ਵਿੱਚ ਖੜ੍ਹੀ ਕਣਕ ਦਾ ਵੱਡਾ ਨੁਕਸਾਨ, ਪੰਜਾਬ ਦੀ ਹਾੜੀ ਦੀ ਫਸਲ ਵਿੱਚ ਕਈ ਥਾਵਾਂ 'ਤੇ ਇਹ ਕਿਹਾ ਜਾਂਦਾ ਹੈ ਕਿ 30-35-40% ਤੱਕ ਵੀ ਨੁਕਸਾਨ ਹੈ। ਗੜੇਮਾਰੀ ਜਿੱਥੇ ਹੋਈ ਹੈ ਉੱਥੇ ਵੱਡਾ ਨੁਕਸਾਨ ਹੈ, ਔਰ ਇਸ ਕਰਕੇ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਗਦਾਵਰੀ ਦੇ ਜਿਹੜਾ ਹੈ ਹੁਕਮ ਦਿੱਤਾ। ਔਰ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਇਹ ਜਿਹੜੇ ਵਿਸ਼ੇਸ਼ ਗਰਦਾਵਰੀ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਸਾਡੇ ਜਿਹੜਾ ਰੂਲ ਹੈ ਉਹ ਬੜਾ ਅਜੀਬ ਹੈ। ਪਹਿਲੀ ਤਾਂ ਗੱਲ ਇਹ ਕਿ ਜੇ 25% ਤੱਕ, 25% ਤੱਕ ਜੇ ਕਿਸੇ ਦਾ ਨੁਕਸਾਨ ਹੋਇਆ ਤਾਂ ਉਸਨੂੰ ਕੁਛ ਨਹੀਂ ਮਿਲਦਾ। ਜਿਵੇਂ ਪਟਿਆਲੇ ਦੇ ਵਿੱਚ ਮੀਂਹ ਪਿਆ ਔਰ ਅੱਜ ਜਦੋਂ DC ਦਫ਼ਤਰ 'ਚ ਰਿਪੋਰਟ ਮੰਗੀ ਗਈ ਤਾਂ ਇਹ ਰਿਪੋਰਟ ਮਿਲੀ ਕਿ ਪਟਿਆਲੇ 'ਚ ਕੋਈ ਨੁਕਸਾਨ ਨਹੀਂ। ਜਦੋਂ ਮੈਂ ਪੁੱਛਿਆ ਤਹਿਸੀਲਦਾਰ ਨੂੰ ਕਿ ਇਹ ਕਿਉਂ ਇਸ ਤਰ੍ਹਾਂ, ਕਿਉਂ ਇਹਨਾਂ ਦਾ ਨੁਕਸਾਨ ਹੋਇਆ, ਕਹਿੰਦੇ ਜੀ 25% ਤੱਕ ਦਾ ਨੁਕਸਾਨ ਅਸੀਂ ਨੁਕਸਾਨ ਨਹੀਂ ਮੰਨਦੇ, ਜੇ 25% ਤੱਕ ਦਾ ਨੁਕਸਾਨ ਆ ਉਹਨੂੰ ਕੋਈ ਜਿਹੜੀ ਹੈ ਮੁਆਵਜ਼ਾ ਨਹੀਂ ਮਿਲੂਗਾ। ਅਤੇ ਫਿਰ ਉਸ ਤੋਂ ਬਾਅਦ ਜੇ ਅਗਲੇ 10-12% ਨੁਕਸਾਨ ਹੋਇਆ ਤਾਂ 2000 ਪ੍ਰਤੀ ਏਕੜ ਮਿਲੂਗਾ, ਅਤੇ ਜੇ 40-50% ਦੇ ਉੱਤੇ ਆ ਤਾਂ, ਜੇ ਸਾਰੇ ਤਬਾਹ ਹੋਇਆ ਤਾਂ 12,000 ਰੁਪਏ ਪ੍ਰਤੀ ਏਕੜ। ਬੜੀ ਅਜੀਬ ਗੱਲ। ਇੱਕ ਹੋਰ ਅਜੀਬ ਗੱਲ ਹੈ ਜਿਹੜੀ ਕਿਸਾਨਾਂ ਨਾਲ ਹੁੰਦੀ ਹੈ, ਜੇ ਤੁਹਾਡੇ ਕੋਲ 20 ਏਕੜ ਜਗ੍ਹਾ ਹੈ ਅਤੇ ਤੁਹਾਨੂੰ ਮੁਆਵਜ਼ਾ ਸਿਰਫ 5 ਏਕੜ ਦਾ ਹੀ ਮਿਲਣਾ ਹੈ, ਔਰ ਮੁਆਵਜ਼ਾ ਮਿਲਦਾ ਕਿਵੇਂ ਹੈ, ਕਿਵੇਂ ਕਰਦੇ ਨੇ? ਪਟਵਾਰੀ ਕਰਦੇ ਨੇ, ਪਟਵਾਰੀ ਜਿਹੜਾ ਹੈ ਜਾਂਦਾ ਅਤੇ ਉੱਥੇ ਖੇਤ ਨੂੰ ਦੇਖਦਾ, ਲਿਖਦਾ, ਦੱਸਦਾ ਕਿ 9% ਇਹਦਾ ਨੁਕਸਾਨ ਹੋਇਆ। ਜੇ 9% ਜਿਹੜਾ ਨੁਕਸਾਨ ਹੋਇਆ, ਜੇ ਇੰਨੀ ਗੱਲ ਹੈ ਤਾਂ ਫਿਰ ਉਸ ਤੋਂ ਬਾਅਦ
ਜਿਹੜਾ ਹੈ ਉਹਨੂੰ ਲਿਖਿਆ ਜਾਂਦਾ ਔਰ ਉਨਾ ਹੀ ਜਿਹੜਾ ਮੁਆਵਜ਼ਾ ਸੈਂਟਰ ਪੁਲ ਚੋਂ ਜਾਂ ਕੇਂਦਰ ਵੱਲੋਂ ਆਉਂਦਾ ਅਤੇ ਕੁਛ ਹਿੱਸਾ ਜਿਹੜਾ ਸਟੇਟ ਪਾਉਂਦੀ ਹੈ ਅਤੇ ਫਿਰ ਕਿਸਾਨ ਦੇ ਖਾਤੇ 'ਚ ਜਾਂਦਾ ਅਤੇ ਇਹ ਬੜੀ ਅਜੀਬ ਜਿਹੀ ਸਥਿਤੀ ਹੈ ਪੰਜਾਬ ਦੇ ਕਿਸਾਨਾਂ ਦੀ ਕਿ ਉਹਨਾਂ ਨੂੰ ਐਡਾ ਨੁਕਸਾਨ ਹੋਣ ਦੇ ਬਾਵਜੂਦ ਜੇ ਜਿਹੜਾ ਹੈ ਮੁਆਵਜ਼ਾ ਪੂਰਾ ਨਹੀਂ ਮਿਲਦਾ। ਦੂਜੀ ਗੱਲ ਇਹ ਵੀ ਦੱਸ ਦਈਏ ਕਿ ਇਸ ਵਾਰ ਇੰਨਾ ਜ਼ਿਆਦਾ ਵਧੀਆ ਫਸਲ ਸੀ ਕਿ ਇਹ ਕਿਆ ਸਰਾਈਆਂ ਸੀ ਕਿ ਰਿਕਾਰਡ ਹੁਣ ਤੱਕ ਦੀ ਹਾੜੀ ਦੀ ਫਸਲ ਜਿਹੜੀ ਹੈ ਹੋਏਗੀ 180 ਮੈਟ੍ਰਿਕ ਟਨ ਦਾ ਜਿਹੜਾ ਹੈ ਟੀਚਰ ਲੱਗਦਾ ਸੀ ਕਿ ਪੂਰਾ ਹੋਏਗਾ ਪਰ ਇੰਦਰ ਦੇਵਤਾ ਦੀ ਨਾਰਾਜ਼ਗੀ ਨੇ ਬੇਮੌਸਮੀ ਮੀਂਹ ਨੇ ਔਰ ਝੱਖੜ ਨੇ ਕਣਕ ਬਰਸਾਤੀ ਕਈ ਥਾਂ ਗੜੇ ਪੈ ਗਏ ਨੁਕਸਾਨ ਹੋਇਆ। ਇੱਕ ਗੱਲ ਹੋਰ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਕਿ ਦੇਸ਼ ਦੇ ਸਾਡੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਤੋਂ ਨੇ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਕਮਾਲ ਹੀ ਕਰਤੀ ਅੱਜ ਇੱਕ ਸਟੇਟਮੈਂਟ ਦੇ ਕੇ ਉਹਨਾਂ ਨੇ ਕਿਹਾ ਗੁਜਰਾਤ ਦੇ ਕਿਸਾਨੋ ਮੈਨੂੰ ਤੁਹਾਡੇ ਦਰਦ ਦਾ ਪਤਾ ਹੈ ਮੈਂ ਤੁਹਾਡੇ ਨਾਲ ਖੜ੍ਹਾ ਅਸੀਂ ਤੁਹਾਨੂੰ ਪੂਰਨ ਸਹਿਯੋਗ ਦੇਵਾਂਗੇ। ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਉਸੇ ਵਕਤ ਟਵੀਟ ਕਰਕੇ ਨਰਿੰਦਰ ਮੋਦੀ ਨੂੰ ਘੇਰਿਆ ਕਿ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਇਕੱਲੇ ਤੁਸੀਂ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ। ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਸਹਿਮਤ ਹਾਂ ਅਸੀਂ ਉਹਨਾਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜਦੋਂ ਕਦੇ ਇਸ ਤਰ੍ਹਾਂ ਦਾ ਹੁੰਦਾ ਤਾਂ ਸਾਰੇ ਦੇਸ਼ ਨੂੰ ਮੁੱਖ ਰੱਖਣਾ ਚਾਹੀਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਪਰ ਪ੍ਰਧਾਨ ਮੰਤਰੀ ਤਾਂ ਜੁਮਲੇਬਾਜ਼ ਹੈ ਅਤੇ ਉਸਨੇ ਤਾਂ ਬਹੁਤ ਕੁਛ ਹੋਰ ਵੀ ਕਰਨਾ ਤੋ ਇਹ ਜਿਹੜਾ ਜਦੋਂ ਮੌਸਮ ਕਹਿਰ ਬਣ ਕੇ ਬਰਸ਼ ਰਿਹਾ ਹਾਲੇ ਮੌਸਮ ਵਿਭਾਗ ਨੇ ਇੱਕ ਹੋਰ ਵੀ ਕਿਹਾ ਅਗਲੇ ਕੁਛ ਦਿਨ ਜਿਹੜਾ ਹੈ ਹਾਲੇ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਦੁਬਾਰਾ ਵੀ ਹਨੇਰੀ ਝੱਖੜ ਅਤੇ ਮੀਂਹ ਆ ਸਕਦਾ ਪਰ ਅਸੀਂ ਅਰਦਾਸ ਕਰੀਏ ਕਿ ਬਚਾ ਰਹੇ ਅੱਜ ਬਚਾ ਰਿਹਾ ਕੱਲ੍ਹ ਇਸ ਵੇਲੇ ਕਾਫੀ ਜਿਹੜਾ ਹੈ ਗਹਿਰੇ ਬੱਦਲ ਛਾਏ ਹੋਏ ਸੀ ਪਰ ਅੱਜ ਸੂਰਜ ਦੇਵਤਾ ਦਰਸ਼ਨ ਦੇ ਰਿਹਾ। ਪਰ ਸਰੋਤਿਓ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰਸਾਰ ਅਤੇ ਹੁਣ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਮੈਨੂੰ ਨਾ ਵੈਡਿੰਗ ਬਾਕਸ ਤੇ ਕਾਰਡ ਆਪਣੇ ਲਹਿੰਗੇ ਨਾਲ ਮੈਚਿੰਗ ਚਾਹੀਦਾ। ਅੱਛਾ ਚੱਲ ਮੈਂ ਹੁਣੇ ਪਾਪਾ ਨਾਲ ਗੱਲ ਕਰਦੀ ਹਾਂ ਤੇ ਭੇਜਦੀ ਹਾਂ ਉਹਨਾਂ ਨੂੰ। JK Trading deals in fancy wedding boxes and cards. Visit JK Trading opposite TB Hospital Patiala. Aur jankari layi call karo 9815994008. ਚੱਲ ਮੈਂ ਹੁਣੇ ਜਾਂਦੀ ਹਾਂ। Sapphire IELTS Institute committed to bring positive change in your life. IELTS PTE self-help special classes for spoken English, immigration study and tourist visa. For more information call 9063700005. Sapphire IELTS Institute above Verma Bakery Phase 2 Market Patiala. ਵਕਫੇ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਰਸਰ ਉੱਤੇ ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਖਬਰਸਾਰ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਲਗਾਤਾਰ ਆਪਣੇ ਮਹਿਮਾਨਾਂ ਨਾਲ ਕਰਾਉਂਦੇ ਹਾਂ ਅਤੇ ਅੱਜ ਜਿਹੜੇ ਸਾਡੇ ਮਹਿਮਾਨ ਨੇ ਉਹ ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਦਰਸ਼ਕ ਨੇ। ਦਰਸ਼ਕ ਸਿੰਘ ਦਰਸ਼ਕ ਅੱਜ ਕੱਲ੍ਹ ਚੜ੍ਹਦੀ ਕਲਾ ਜਿਹੜਾ ਰੋਜ਼ਾਨਾ ਅਖਬਾਰ ਹੈ ਉਸਦੇ ਸੰਪਾਦਕ ਨੇ। ਦੇਸ਼ ਵਿਦੇਸ਼ ਦੇ ਅਨੇਕਾਂ ਅਖਬਾਰਾਂ ਦਾ ਜਿਹੜਾ ਹੈ ਉਹਨਾਂ ਕੋਲ ਪ੍ਰਕਾਸ਼ਨ ਹੁੰਦਾ ਔਰ ਉਹ ਜਿਹੜੇ ਪੰਜਾਬ ਦੇ ਮਾਮਲਿਆਂ 'ਤੇ ਗਹਿਰੀ ਨਜ਼ਰ ਰੱਖਦੇ ਨੇ। ਤੁਹਾਡਾ ਸਵਾਗਤ ਹੈ ਜੀ ਦਰਸ਼ਨ ਜੀ ਇਸ ਪ੍ਰੋਗਰਾਮ ਖਬਰਸਾਰ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰੇ ਪਾਠਕਾਂ ਦੀ ਸਤਿ ਸ਼੍ਰੀ ਅਕਾਲ।
ਹਾਂਜੀ, ਕਿਉਂਕਿ ਇੱਥੋਂ ਗੱਲ ਪਤਾ ਲੱਗਦੀ ਹੈ ਨਾ ਸਾਡੇ ਸਰੋਤਿਆਂ ਨੂੰ ਕਿ ਤੁਸੀਂ ਐਡੀਟਰ ਹੋ ਤੇ ਐਡੀਟਰ ਦਾ ਖਿਆਲ ਪਾਠਕਾਂ ਨਾਲ ਹੁੰਦਾ, ਇਹ ਤਾਂ ਤੁਸੀਂ ਤੁਹਾਨੂੰ ਅਸੀਂ ਧੱਕੇ ਨਾਲ ਸਰੋਤਿਆਂ ਦੀ ਗੱਲ ਕਰਦੇ ਹਾਂ ਤੇ ਗੱਲ ਇਹੀ ਹੁੰਦੀ ਹੈ ਕਿ ਜੋ ਪ੍ਰੋਫੈਸ਼ਨ ਹੁੰਦਾ ਉਹੀ ਯਾਦ ਰਹਿੰਦਾ। ਸੋ ਪਾਠਕ ਔਰ ਰੀਡਰ ਗੱਲ ਐਂ ਸਮਝ ਲਓ ਕਿ ਸਰੋਤੇ ਵੀ ਸਾਡੇ ਦਰਸ਼ਕ ਵੀ, ਤੁਸੀਂ ਤਾਂ ਵੈਸੇ ਹੀ ਦਰਸ਼ਕ ਹੋ ਤੇ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਇੱਕ ਸਵਾਲ ਜਿਹੜਾ ਹੈ ਉਹਦੇ ਨਾਲ, ਜਦੋਂ ਸ਼ੁਰੂ 'ਚ ਮੈਂ ਖਬਰ ਜਦੋਂ ਮੈਂ ਦੱਸ ਰਿਹਾ ਸੀ ਕਿ ਜਗਮੀਤ ਸਿੰਘ ਬਰਾੜ ਕੱਲ੍ਹ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਨੇ, ਦਰਸ਼ਨ ਦਰਸ਼ਕ ਜੀ, ਇਹ ਬਰਾੜ ਸਾਹਿਬ ਸਭ ਤੋਂ ਜਿਹੜੇ ਤਿੱਖੇ ਅੰਦਾਜ਼ ਵਾਲੇ ਸਿਆਸੀ ਦੁਸ਼ਮਣ ਸੀ ਸੁਖਬੀਰ ਸਿੰਘ ਬਾਦਲ ਦੇ, ਕੀ ਹੁਣ ਉਹ ਪੁਰਾਣੀ ਜਿਹੜੀ ਦੁਸ਼ਮਣੀ ਹੈ? ਇਹ ਜਿਹੜਾ ਸਵਾਲ ਹੈ ਸਾਡਾ ਟੋਰਾਂਟੋ ਤੋਂ ਹੈ ਮਨਜੀਤ ਸਿੰਘ ਦਾ। ਮਨਜੀਤ ਸਿੰਘ ਲਿਖ ਰਹੇ ਨੇ ਕਿ ਕੀ ਉਹ ਪੁਰਾਣੀ ਦੁਸ਼ਮਣੀ ਭੁੱਲ ਜਾਣਗੇ? ਕੀ ਲੱਗਦਾ ਤੁਹਾਨੂੰ, ਕੀ ਟਿੱਪਣੀ ਹੈ ਤੁਹਾਡੀ? ਵਾਲੀਆ ਸਾਹਿਬ, ਸਿਆਸਤ ਦੇ ਵਿੱਚ ਕਹਿੰਦੇ ਦੋਸਤੀ ਤੇ ਦੁਸ਼ਮਣੀ ਦਾ ਨਾ ਵਾਲ ਜਿੰਨਾ ਹੀ ਫਰਕ ਹੁੰਦਾ ਹੈ। ਤੇ ਇਸ ਵੇਲੇ ਜਿਹੜਾ ਮਾਹੌਲ ਸੀਗਾ, ਜਿਹੜੀ ਖਾਸ ਤੌਰ ਤੇ ਫਿਰੋਜ਼ਪੁਰ ਸੀਟ ਹੈ ਜੀ, ਉਹਦੇ ਲਈ ਅਕਾਲੀ ਦਲ ਨੂੰ ਕੋਈ ਵਧੀਆ ਉਮੀਦਵਾਰ ਸੀ, ਮਤਲਬ ਬਹੁਤ ਲੋੜ ਸੀਗੀ, ਉਹ ਲੱਭ ਰਹੇ ਸੀਗੇ, ਭਾਲ ਕਰ ਰਹੇ ਸੀ ਵੀ ਕਿਹਨੂੰ ਖੜਾਇਆ ਜਾਵੇ ਜੀ। ਦੋ ਸੀਟਾਂ ਦੇ ਉੱਤੇ ਹਾਲੇ ਤੱਕ ਇਹਨਾਂ ਨੇ ਟਿਕਟ ਦਾ ਐਲਾਨ ਨਹੀਂ ਕੀਤਾ ਸੀਗਾ, ਜਿਹਨਾਂ ਦੇ ਵਿੱਚ ਇੱਕ ਫਿਰੋਜ਼ਪੁਰ ਇੱਕ ਬਠਿੰਡਾ ਜੀ। ਤੇ ਇੱਥੋਂ ਜਿਹੜੇ ਇਹਨਾਂ ਦੇ ਗਵਾਇਆ ਸਾਹਿਬ ਸੀਗੇ, ਸ਼ੇਰ ਸਿੰਘ ਗਵਾਇਆ, ਉਹ ਆਲਰੇਡੀ ਕਾਂਗਰਸ ਦੇ ਵਿੱਚ ਚਲੇ ਗਏ ਸੀਗੇ ਜੀ। ਤੇ ਇਸ ਗੱਲ ਕਰਕੇ ਜਿਹੜੇ ਆਪਣੇ ਜਗਮੀਤ ਸਿੰਘ ਬਰਾੜ ਸੀਗਾ, ਉਹਨਾਂ ਨੂੰ ਵੀ ਇੱਕ ਅਜਿਹੀ ਪਾਰਟੀ ਦੀ ਲੋੜ ਸੀਗੀ ਜਿਹੜੀ ਉਹਨਾਂ ਨੂੰ ਕੋਈ ਸਹਾਰਾ ਬਣ ਸਕੇ, ਉਹਨਾਂ ਨੂੰ ਉਹਨਾਂ ਦਾ ਕੱਦ ਫਿਰ ਉਭਾਰ ਸਕੇ। ਤੇ ਇਸ ਗੱਲ ਕਰਕੇ ਦੋਨਾਂ ਨੇ ਆਪਣੀ ਆਪਣੀ ਸਹੂਲਤ ਦੇ ਲਈ ਇੱਕ ਦੂਜੇ ਦਾ ਹੱਥ ਫੜਿਆ। ਤੇ ਅਕਾਲੀ ਦਲ ਇਹ ਫਿਰੋਜ਼ਪੁਰ ਤੋਂ ਇਹਨਾਂ ਜਗਮੀਤ ਸਿੰਘ ਬਰਾੜ ਨੂੰ ਚੋਣ ਲੜਾ ਸਕਦਾ ਤੇ ਇਹਨਾਂ ਨੂੰ ਉਮੀਦਵਾਰ ਮਿਲ ਜਾਂਦਾ। ਇਸ ਗੱਲ ਕਰਕੇ ਮਤਲਬ ਇਹ ਸਾਰੀ ਹੈ, ਜਿਵੇਂ ਕਿ ਸਿਆਸਤ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੰਜਾਬ ਸਿਆਸਤ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ। ਤੇ ਇਸ ਤੋਂ ਇਲਾਵਾ ਜੇ ਵਾਲੀਆ ਸਾਹਿਬ, ਮੈਂ ਤੁਹਾਨੂੰ ਕੁਛ ਇਹਦਾ ਜਗਮੀਤ ਸਿੰਘ ਬਰਾੜ ਦੇ ਦਿਨ ਅਨੁਸਾਰ ਦੱਸਾਂ ਕਿ ਇਹ ਪਹਿਲਾਂ ਕਾਂਗਰਸ ਦੇ ਵਿੱਚ ਇਹਨਾਂ ਨੂੰ ਗਵਾ ਵੀ ਚੁੱਕੇ ਨੇ ਆਪਣੇ ਸੁਖਬੀਰ ਸਿੰਘ ਬਾਦਲ ਨੂੰ। ਤੇ ਉਸ ਤੋਂ ਬਾਅਦ ਕਈ ਵਾਰ ਕਈ ਪਾਰਟੀਆਂ ਵੀ ਬਦਲ ਚੁੱਕੇ ਹੈ। ਪਹਿਲਾਂ ਇਹ ਤਿਵਾੜੀ ਕਾਂਗਰਸ ਦੇ ਵਿੱਚ ਵੀ ਚਲੇ ਗਏ ਸੀ, ਫਿਰ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੀ ਚਲੇ ਗਏ ਸੀਗੇ। ਆਮ ਆਦਮੀ ਪਾਰਟੀ ਦੇ ਵਿੱਚ ਰਣ ਵਾਸਤੇ ਬਹੁਤ ਜ਼ਿਆਦਾ ਇਹਨਾਂ ਨੇ ਉਪਰਾਲਾ ਕੀਤਾ, ਪਰ ਉਹ ਸੰਭਵ ਨਹੀਂ ਹੋ ਸਕਿਆ ਗਿਆ। ਪਰ ਹੁਣ ਅਕਾਲੀ ਦਲ ਦੇ ਵਿੱਚ ਜਾ ਕੇ ਤੇ ਇਹਨਾਂ ਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਉਹ ਸਿੱਖੀਜ਼ਮ ਅਤੇ ਪੰਜਾਬ ਦੀ ਸੇਵਾ ਕਰਨਾ ਜਿਹੜੀ ਚਾਹੁੰਦੇ ਨੇ, ਤੇ ਮੈਨੂੰ ਅਕਾਲੀ ਦਲ ਨੇ ਇਹ ਇੱਕ ਮੌਕਾ ਦਿੱਤਾ ਹੈ ਤੇ ਇਸ ਗੱਲ ਕਰਕੇ ਮੈਂ ਉੱਥੇ ਜਾ ਕੇ ਜਿਹੜਾ ਲੋਕਾਂ ਦੇ ਜਿਹੜੇ ਹੈਗੇ ਆ ਮੁੱਦੇ ਨੇ ਉਹਨਾਂ ਨੂੰ ਉਠਾਉਂਦਾ ਰਹੂੰਗਾ ਅਤੇ ਇਹ ਲੋਕਾਂ ਦੀ ਸੇਵਾ ਕਰਦਾ ਰਹੂੰਗਾ। ਦੇਖੋ, ਇੱਕ ਗੱਲ ਤਾਂ ਤੁਹਾਡੀ ਠੀਕ ਹੈ ਦਰਸ਼ਨ ਜੀ, ਕਿ ਇਹ ਜਿਹੜੇ ਜਗਮੀਤ ਸਿੰਘ ਬਰਾੜ ਔਰ ਵੀਰ ਦਵਿੰਦਰ ਸਿੰਘ, ਇਹ ਦੋਨਾਂ ਦਾ ਜਿਹੜਾ ਲਹਿਜਾ ਹੈ, ਦੋਨਾਂ ਦੀ ਜ਼ਿੰਦਗੀ ਦੇ ਜਿਹੜੇ ਤੌਰ ਤਰੀਕੇ ਨੇ, ਉਹ ਪੰਥਕ ਜਿਹੜੇ ਬੰਦਿਆਂ ਵਾਲੇ ਨੇ, ਉਹ ਪੰਥਕ ਪਾਰਟੀ 'ਚ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ, ਕਿਉਂਕਿ ਲੜ ਕੇ ਰਿਹਾ ਕਿ ਇਹਨਾਂ ਨੂੰ ਧੱਕੇ ਨਾਲ ਕਾਂਗਰਸ 'ਚ ਭੇਜਿਆ ਗਿਆ ਸੀ ਕਿਸੇ ਟਾਈਮ ਵੀਰ ਦਵਿੰਦਰ ਸਿੰਘ ਤੇ। ਲੇਕਿਨ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਹਨਾਂ ਨੂੰ ਟਿਕਟ ਮਿਲ ਜਾਏਗਾ, ਇਹ ਤੇ ਬੜੀ, ਜੇ ਟਿਕਟ ਇਸ ਵਾਰ ਫਿਰੋਜ਼ਪੁਰ ਤੋਂ ਅਕਾਲੀ ਇਹਨਾਂ ਨੂੰ ਦਿੰਦੇ ਨੇ, ਫਿਰ ਬੜੀ ਹੈਰਾਨੀ ਵਾਲੀ ਗੱਲ ਹੋਏਗੀ ਕਿ ਉਹ ਜਿਹੜਾ ਹੈ ਔਰ ਇਹ ਸੀਟ ਕੱਢ ਸਕਦੇ ਨੇ, 'ਚ ਕੋਈ ਦੋਰਾਵਾ ਨਹੀਂ। ਪਰ ਇਹ ਗੱਲ ਵੀ ਹੈ ਕਿ ਇਸ ਲੈਵਲ ਤੱਕ ਜਿਹੜੀ ਸਾਡੀ ਸਿਧਾਂਤ ਹੀ ਹੋਜੂਗੀ ਸਾਰੀ ਸਿਆਸਤ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੋਏਗੀ। ਹਾਂਜੀ ਵਾਲੀ ਸਾਹਿਬ, ਪਰ ਇਸ ਵਿੱਚ ਜਗਮੀਤ ਸਿੰਘ ਬਰਾੜ ਦੇ ਕੋਲ ਕੋਈ ਹੈ ਹੀ ਨਹੀਂ ਸੀਗਾ, ਕੋਈ ਮਤਲਬ ਕੋਈ ਬਦਲਾ ਹੈ ਹੀ ਨਹੀਂ ਸੀਗਾ। ਇਹਨਾਂ ਇੰਡੀਵਿਜੁਅਲ ਤੌਰ ਤੇ ਕਈ ਕੁਛ ਕਰਕੇ ਦੇਖ ਲਿੱਤਾ ਤੇ ਕਈ ਪਾਰਟੀਆਂ ਦਾ ਲੜ ਵੀ ਫੜ ਕੇ ਦੇਖ ਲਿੱਤੇ, ਪਰ ਉਹਨਾਂ ਨੂੰ ਕੋਈ ਸਤਿਕਾਰਯੋਗ ਜਗ੍ਹਾ ਨਹੀਂ ਮਿਲੀ ਹੈ। ਤਾਂ ਤ੍ਰਿਣਮੂਲ ਕਾਂਗਰਸ ਦੀ ਸ਼ਾਖਾ ਵੀ ਇੱਥੇ ਬਣਾਈ ਸੀਗੀ, ਪਰ ਉਹ ਵੀ ਇਹਨਾਂ ਦੇ ਕੰਮ ਨਹੀਂ ਆਈ ਸੀਗੀ।
ਦੇਖੋ ਇਹਨਾਂ ਦੇ ਆਉਣ ਦਾ ਫਾਇਦਾ ਹੋ ਸਕਦਾ, ਪਰ ਮੈਨੂੰ ਨਿੱਜੀ ਤੌਰ ਤੇ ਕੱਲ ਜੇ ਜਦੋਂ ਇਹ ਅਕਾਲੀ ਜੁਆਇਨ ਕਰਦੇ ਨੇ ਉਦੋਂ ਪਤਾ ਲੱਗੇਗਾ ਕਿ ਇਹਨਾਂ ਨੂੰ ਵੀ ਹਰਵੰਸ ਕੌਰ ਦੁੱਲੋਂ ਵਾਂਗ ਕਿਤੇ ਟਿਕਟ ਲਈ ਇੱਧਰ ਆਏ ਨੇ, ਇਹ ਗੱਲ ਤਾਂ ਉਦੋਂ ਹੀ ਪਤਾ ਲੱਗੇਗੀ। ਪਰ ਮੈਨੂੰ ਥੋੜਾ ਜਿਹਾ ਹਾਲੇ ਡਾਊਟ ਹੈ ਕਿ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਜਿਹੜੀ ਇਸ ਕਿਸਮ ਦੀ ਆਫਰ ਆਏਗੀ, ਪਰ ਇਹ ਗੱਲ ਜ਼ਰੂਰ ਹੈ ਕਿ ਇਹ ਅਕਾਲੀ 'ਚ ਆ ਸਕਦੇ ਨੇ। ਕਈ ਦਿਨ ਦੀ ਇਹ ਚਰਚਾ ਚੱਲ ਰਹੀ ਹੈ। ਇੱਕ ਹੋਰ ਸਵਾਲ ਆਇਆ ਹੋਇਆ ਦਰਸ਼ਨ ਜੀ, ਕਿ ਨਰਿੰਦਰ ਮੋਦੀ ਨੇ ਅੱਜ ਜਦੋਂ ਸਵੇਰੇ ਖਬਰਾਂ ਬਾਰੇ ਗੱਲ ਕੀਤੀ ਨਾ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜੇ ਹੈ ਤੇਜ਼ ਤੂਫਾਨ ਝੱਖੜ ਨੇ ਚਾਰ ਰਾਜਾਂ 'ਚ ਚੰਗੀ ਤਬਾਹੀ ਮਚਾਈ, ਉਹਦੇ 'ਚ ਗੁਜਰਾਤ 'ਚ ਵੀ 10 ਬੰਦੇ ਮਰੇ, ਅਤੇ ਉਹਨੇ ਗੁਜਰਾਤੀਆਂ ਨੂੰ ਕਿਹਾ ਕਿ ਘਬਰਾਓ ਨਾ, ਮੈਂ ਤੁਹਾਡੇ ਨਾਲ ਹਾਂ ਔਰ ਮੈਂ ਤੁਹਾਡੀ ਪੂਰੀ ਮਦਦ ਕਰੂੰਗਾ। ਅਤੇ ਨਾਲ ਦੀ ਨਾਲ ਰਾਜਸਥਾਨ ਦੇ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਔਰ ਗਹਿਲੋਤ ਨੇ ਟਵੀਟ ਕਰਕੇ ਨਰਿੰਦਰ ਮੋਦੀ ਨੂੰ ਘੇਰਿਆ ਕਿ ਤੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ। ਇਹ ਅਜਿਹੀਆਂ ਕਿਹੜੀਆਂ ਗੱਲਾਂ ਕਰੀ ਜਾਂਦਾ? ਇਹ ਇੱਕ ਪ੍ਰਧਾਨ ਮੰਤਰੀ ਦੇ ਕਰਨ ਵਾਲੀ ਗੱਲ ਤਾਂ ਨਹੀਂ, ਉਹਦੇ ਲਈ ਤਾਂ ਸਾਰਾ ਦੇਸ਼ ਸਾਹਮਣੇ ਹੋਣਾ ਚਾਹੀਦਾ। ਹਾਂਜੀ ਵਾਲੀ ਸਾਹਿਬ, ਸਾਡੇ ਪ੍ਰਧਾਨ ਮੰਤਰੀ ਪਿਛਲੀ ਵਾਰ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡਾ ਬਹੁਮਤ ਲੈ ਕੇ ਪ੍ਰਧਾਨ ਮੰਤਰੀ ਬਣੇ ਸੀਗੇ, ਤੇ ਉਹਨਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਅਜਿਹੀ ਸਿਆਸਤ ਕਰਨਗੇ ਜਿਸ ਦੇ ਨਾਲ ਪੂਰੇ ਦੇਸ਼ ਨੂੰ ਲਾਭ ਹੋਊਗਾ। ਲਾਭ ਤਾਂ ਹੋਇਆ ਨੀ ਹੈਗਾ, ਪਰ ਉਹ ਅਜਿਹਾ ਲੱਗਣ ਲੱਗ ਪਿਆ ਹੁਣ ਚੋਣਾਂ ਦੇ ਵਿੱਚ ਤਾਂ ਖਾਸ ਖਾਸ ਅਜਿਹਾ ਲੱਗ ਰਿਹਾ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਜਾਂ ਇੱਕ ਹੁਣ ਜਿਹੋ ਜਿਹੀਆਂ ਗੱਲਾਂ ਕਰ ਰਹੇ ਨੇ ਉੱਥੋਂ ਤਾਂ ਇਹ ਲੱਗਦਾ ਵੀ ਉਹ ਇੱਕ ਖਿੱਤੇ ਦੀ ਉਹ ਪ੍ਰਤੀਨਿਧਤਾ ਕਰ ਰਹੇ ਨੇ, ਤੇ ਇਹ ਜੋ ਕੁਛ ਕਰ ਰਹੇ ਨੇ ਇਹ ਹੋਣਾ ਨੀ ਚਾਹੀਦਾ। ਪ੍ਰਧਾਨ ਮੰਤਰੀ ਨੂੰ ਪੂਰੇ ਦੇਸ਼ ਦੇ ਦੇਸ਼ ਦੀ ਗੱਲ ਕਰਨੀ ਚਾਹੀਦੀ ਹੈ। ਕਦੀ ਗੁਜਰਾਤ ਜਾਂ ਭਾਜਪਾ ਵਾਲੇ ਸਟੇਟਾਂ ਦੀ ਗੱਲ ਨੀ ਕਰਨੀ ਚਾਹੀਦੀ। ਇਹ ਇਸੇ ਗੱਲ ਕਰਕੇ ਜਿਹੜੇ ਗਹਿਲੋਤ ਸਾਹਿਬ ਤੇ ਕਮਲਨਾਥ ਨੇ ਇਹ ਕੀਤਾ, ਕਿਉਂਕਿ ਉਹ ਕਾਂਗਰਸ ਦੀ ਸੂਬੇ ਨੇ ਜਿੱਥੇ ਕਿ ਨੁਕਸਾਨ ਕਾਫੀ ਹੋਇਆ ਹੈ, ਜਿੱਥੇ ਕਿ ਜਿਹੜਾ ਹੈਗਾ ਨਰਿੰਦਰ ਮੋਦੀ ਨੂੰ ਇਹ ਵੀ ਮਤਲਬ ਬਿਆਨ ਦੇਣਾ ਚਾਹੀਦਾ ਸੀ ਕਿ ਵੀ ਜਿੰਨੇ ਵੀ ਸੂਬਿਆਂ ਦੇ ਵਿੱਚ ਇਹ ਬਰਬਾਦੀ ਹੋ ਗਿਆ ਉਹਨਾਂ ਦੀ ਇਹ ਸਹਾਇਤਾ ਕਰਨੀ। ਜੀ ਬਿਲਕੁਲ ਤੁਹਾਡੀ ਗੱਲ ਹੈ, ਕਿਉਂਕਿ ਰਾਜਸਥਾਨ 'ਚ ਸਭ ਤੋਂ ਜ਼ਿਆਦਾ ਨੁਕਸਾਨ 25 ਬੰਦੇ ਮਰੇ ਨੇ, ਅਤੇ ਮੱਧ ਪ੍ਰਦੇਸ਼ 15 ਮਰੇ ਨੇ, ਗੁਜਰਾਤ ਤਾਂ ਤੀਜੇ ਨੰਬਰ 'ਤੇ ਇਸ ਉਹਦੇ 'ਚ। ਤੁਹਾਡੀ ਗੱਲ ਠੀਕ ਹੈ ਕਿ ਇੱਕ ਪ੍ਰਧਾਨ ਇੱਕ ਹੋਰ ਮੈਂ ਤੋਂ ਗੱਲ ਕਹਿਣਾ ਚਾਹੁੰਦਾ ਜੀ ਕਿ ਬੜਾ ਅਫਸੋਸ ਦੀ ਗੱਲ ਇਹ ਹੈ ਕਿ ਸਾਡਾ ਨੈਸ਼ਨਲ ਮੀਡੀਆ ਜਿਹੜਾ ਹੈਗਾ ਜੀ, ਤੇ ਹੁਣ ਇੱਕ ਪੈਸੇ ਜਿਹੜੀ ਬਰਸਾਤ ਹੋਈ ਹੈ, ਬਰਸਾਤ ਦੇ ਨਾਲ ਨੁਕਸਾਨ ਕਿੰਨਾ ਹੋਇਆ ਕਿਸਾਨਾਂ ਦਾ, ਸਾਰੀ ਮਤਲਬ 6 ਮਹੀਨਿਆਂ ਦੀ ਇਹਨਾਂ ਦੀ ਕੀਤੀ ਹੋਈ ਮਿਹਨਤ ਜਿਹੜੀ ਹੈਗੀ ਬਿਲਕੁਲ ਬਰਬਾਦ ਹੁੰਦੀ ਜਾ ਰਹੀ ਹੈ, ਤੇ ਨੈਸ਼ਨਲ ਚੈਨਲ ਦੇ ਉੱਤੇ ਦਿਖਾਇਆ ਜਾਂਦਾ ਮੌਸਮ ਬੜਾ ਸੁਹਾਵਣਾ ਹੋ ਗਿਆ। ਦੇਖੋ ਜਿਹੜੇ ਮੈਂ ਤੁਹਾਡੀ ਗੱਲ ਸਮਝ ਗਿਆ, ਜਿਹੜੇ ਐਂਕਰ ਨੇ ਨਾ ਉਹ ਸ਼ਹਿਰੀ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਕਿਸਾਨਾਂ ਦੀਆਂ ਪ੍ਰੋਬਲਮ ਨਹੀਂ ਪਤਾ, ਉਹਨਾਂ ਨੂੰ ਸਮੱਸਿਆ ਦਾ ਨਹੀਂ ਪਤਾ, ਉਹ ਆਪਦੇ ਸ਼ਹਿਰ 'ਚ ਪੜੇ, ਸ਼ਹਿਰ 'ਚ ਪੜੇ ਅਤੇ ਆ ਕੇ ਉਹ ਚੈਨਲ 'ਤੇ ਚਲੇ ਗਏ, ਅਤੇ ਉਹਨਾਂ ਨੂੰ ਜਦੋਂ ਬਰਸਾਤ ਦਾ ਮੌਸਮ ਹੁੰਦਾ ਉਹ ਸੁਹਾਵਣਾ ਲੱਗਦਾ, ਔਰ ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਹਨਾਂ ਨੂੰ ਤਾਂ ਸ਼ਬਦਾਂ ਦਾ ਵੀ ਨਹੀਂ ਪਤਾ, ਕਈ ਵਾਰ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਬੰਦੇ ਰੋ ਰਹੇ ਨੇ, ਮੈਂ ਐਂਕਰ ਦੇ ਮੂੰਹੋਂ ਸੁਣਿਆ ਆਓ ਤੁਹਾਨੂੰ ਨਜ਼ਾਰਾ ਦਿਖਾਈਏ, ਉਹਨਾਂ ਨੂੰ ਨਜ਼ਾਰਾ ਜਿਹੜਾ ਹੈ ਉਹ ਸ਼ਬਦ ਦੀ ਜਿਹੜੀ ਹੈ ਨਹੀਂ ਪਤਾ ਕਿ ਇਹ ਸ਼ਬਦ ਕਿੱਥੇ ਵਰਤਿਆ ਜਾਂਦਾ। ਬਹੁਤ ਸਾਰੀਆਂ ਗੱਲਾਂ ਨੇ, ਇਹ ਗੱਲ 'ਚ ਮੈਂ ਤੁਹਾਡੇ ਨਾਲ ਪੂਰਨ ਸਹਿਮਤ ਹੈ ਕਿ ਸਾਡੇ ਐਂਕਰ ਦੀ ਗਲਤੀ ਹੈ। ਐਸੇ ਮੈਂ ਹੁਣ ਟੀਵੀ ਦੇਖ ਰਿਹਾ ਸੀ ਥੋੜੀ ਦੇਰ ਪਹਿਲਾਂ ਜੀ, ਕਿ ਅਨੰਦਪੁਰ ਸਾਹਿਬ ਦੇ ਵਿੱਚ ਸ਼ਰਧਾਲੂ ਗਏ, ਉੱਥੇ ਬੱਦਲਬਾਈ ਹੋ ਰਹੀ ਹੈ ਤੇ ਉੱਥੇ ਸੈਲਫੀਆਂ ਲਈਆਂ ਜਾ ਰਹੀਆਂ ਨੇ, ਤੇ ਉਹ ਉਸ ਨੂੰ ਉਹ ਜਿਹੜਾ ਚੈਨਲ ਦਿਖਾ ਰਿਹਾ ਹੈ ਕਿ ਲੋਕ ਆਨੰਦ ਮਾਣ ਰਹੇ ਨੇ ਇਸ ਬਰਸਾਤ ਦਾ, ਉਹਨਾਂ ਨੂੰ ਇਹ ਨੀ ਪਤਾ ਹੈਗਾ ਕਿ ਇਸ ਬਰਸਾਤ ਦਾ ਕਿੰਨਾ ਨੁਕਸਾਨ ਹੈਗਾ ਸਾਡੇ ਦੇਸ਼ ਨੂੰ। ਜੇਕਰ ਸਾਡੇ ਇੱਥੇ ਆਂਦਾ ਤਾਂ ਹੀ ਭੁੱਖੇ ਮਰ ਜਾਣਗੇ, ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਦਰਸ਼ਨ ਦਰਸ਼ਕ ਜੀ, ਤੁਸੀਂ ਜਿਹੜਾ ਹੈ ਆਪਦੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਖਬਰਸਾਰ ਦੇ ਸਰੋਤਿਆਂ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਆਸ ਹੈ ਕਿ ਤੁਸੀਂ ਜਦੋਂ ਵੀ ਤੁਹਾਨੂੰ ਅਸੀਂ ਆਵਾਜ਼ ਮਾਰਾਂਗੇ ਤੁਸੀਂ ਜ਼ਰੂਰ ਖੜੇ ਹੋਵੋਗੇ। ਰੇਡੀਓ ਜੀ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰਸਾਰ। ਖਬਰਸਾਰ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਖਬਰਸਾਰ ਪ੍ਰੋਗਰਾਮ ਦੇ ਵਿੱਚ ਤੁਸੀਂ ਚਰਚਾ ਕਰ ਰਹੇ ਸੀ
ਉਹਨਾਂ ਖਬਰਾਂ ਦੀ ਦਰਸ਼ਨ ਸਿੰਘ ਦਰਸ਼ਕ ਨਾਲ। ਮੈਂ ਤੁਹਾਨੂੰ ਦੱਸਦਾ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਲਓ 9+917814847406 radio@gpunjab.com info@radiogpunjab.com ਤੇ ਵੀ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। ਸਾਡੇ ਕੋਲ ਇੱਕ ਦੋ ਸਵਾਲ ਨੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਬਹੁਤ ਇੰਪੋਰਟੈਂਟ ਖਬਰ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਖਬਰ ਹੈ ਕਿ ਚੋਣ ਮੈਨੀਫੈਸਟੋ ਜਿਹੜਾ ਹੁੰਦਾ ਨਾ, ਚੋਣ ਮਨੋਰਥ ਪੱਤਰ, ਉਹਦੇ ਵਿੱਚ ਅਕਸਰ ਪਾਰਟੀਆਂ ਕਹਿ ਦਿੰਦੀਆਂ ਨੇ ਕਿ ਅਸੀਂ ਜੇ ਪਾਵਰ 'ਚ ਆਈਆਂ ਤਾਂ ਅਸੀਂ ਕਰਜ਼ਾ ਮਾਫ਼ ਕਰ ਦਾਂਗੇ। ਅਤੇ ਖਾਸ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਲੈ ਕੇ ਕਈ ਸੋਹਾਂ ਖਾਧੀਆਂ, ਉਹ 'ਚੋਂ ਇੱਕ ਇਹ ਖਾਧੀ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ, ਦੂਜਾ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਫੇਰ ਦੂੰ। ਉਹ ਜਿਹੜਾ ਹੈ ਇੱਕ ਉਹਦੇ ਬਾਰੇ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਈ ਹੈ ਜਿਹਦੀ ਸੁਣਵਾਈ ਹੋਣੀ ਹੈ 22 ਅਪ੍ਰੈਲ ਨੂੰ। ਉਹਦੇ 'ਚ ਇਹ ਕਿਹਾ ਗਿਆ ਕਿ ਚੋਣ ਮੈਨੀਫੈਸਟੋ ਦੇ ਵਿੱਚ ਪੋਲੀਟੀਕਲ ਪਾਰਟੀਆਂ ਵੱਲੋਂ ਇਸ ਕਿਸਮ ਦੇ ਵਾਅਦੇ, ਇਸ ਕਿਸਮ ਦੇ ਲੁਭਾਵਣੇ ਜਿਹੜੇ ਸੁਪਨੇ ਦਿਖਾਉਣ ਵਾਲੀ ਗੱਲ ਹੈ, ਇਹਨਾਂ ਨੂੰ ਜਿਹੜਾ ਹੈ ਰੋਕਿਆ ਜਾਣਾ ਚਾਹੀਦਾ। ਤੋ ਇਸ 'ਤੇ ਚਰਚਾ ਜਿਹੜੀ ਹੈ, ਇਸ 'ਤੇ ਡਿਸਕਸ਼ਨ ਹੋਣੀ ਹੈ, ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇਣੀ ਹੈ ਅਤੇ ਇਹ 22 ਤਰੀਕ ਨੂੰ ਹੋਣੀ ਹੈ। ਅਤੇ ਇਹ 'ਤੇ ਜੇ ਅਸੀਂ ਗੱਲਬਾਤ ਕਰੀਏ ਤਾਂ ਗੱਲ ਤਾਂ ਠੀਕ ਲੱਗਦੀ ਹੈ। ਪਟੀਸ਼ਨ ਜਿਹੜੀ ਪਾਈ ਹੈ, ਵਕੀਲ ਹੈ ਰੀਨਾ ਐਨ ਸਿੰਘ, ਮੈਂ ਮੁਬਾਰਕਬਾਦ ਦਿੰਦਾ ਇਹ ਵਕੀਲ ਕੁੜੀ ਨੂੰ ਜਿਹਨੇ ਇਹ ਜਿਹੜੀ ਹੈ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ, ਕਿਉਂਕਿ ਬਹੁਤ ਅਹਿਮ ਮੁੱਦਾ ਹੈ। ਹੁਣ ਪੰਜਾਬ ਦੇ ਵਿੱਚ ਇਹ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਨਾਲ ਠੱਗੀ ਵੱਜ ਗਈ। ਕਿਸਾਨ ਯੂਨੀਅਨਾਂ ਔਰ ਕਿਸਾਨ ਲੋਕ ਇਹ ਕਹਿੰਦੇ ਨੇ, ਸਾਨੂੰ ਇਹ ਕਿਹਾ ਗਿਆ ਸੀ ਕਿ ਚਾਹੇ ਆੜ੍ਹਤੀਏ ਦਾ ਕਰਜ਼ਾ ਹੈ, ਚਾਹੇ ਕਿਸੇ ਬੈਂਕ ਦਾ ਕਰਜ਼ਾ ਹੈ, ਤੁਹਾਡੇ ਕਰਜ਼ੇ ਮਾਫ਼ ਹੋਣਗੇ, ਤੁਹਾਡੇ ਕਰਜ਼ੇ ਅਸੀਂ ਦੇਵਾਂਗੇ। ਪਰ ਹੋਇਆ ਉਲਟ, ਅਤੇ ਸਿਰਫ 2 ਲੱਖ ਤੱਕ ਕਰਜ਼ੇ ਕੋਆਪਰੇਟਿਵ ਦੇ ਮਾਫ਼ ਕਰਨ ਦੀ ਗੱਲ ਹੋਈ ਜਾਂ ਇੱਕ ਅਤੇ ਹੋਰ ਬੈਂਕ ਦੀ। ਤੋ ਇਹ ਜਿਹੜੇ ਇਸ ਕਿਸਮ ਦੇ ਵਾਅਦੇ ਜਾਂ ਤੁਹਾਨੂੰ ਸਮਾਰਟਫੋਨ ਦੇਣਾ, ਇਹ ਸਾਰੀਆਂ ਗੱਲਾਂ ਉਹ ਇਹ ਕਹਿੰਦੇ ਨੇ ਕਿ ਪਾਰਟੀ ਦਾ ਜਿਹੜਾ ਮੁੱਖ ਮੰਤਰੀ, ਜਿਹੜੀ ਵੀ ਪਾਰਟੀ ਜਿੱਤਦੀ ਹੈ, ਉਹਨੇ ਪਾਰਟੀ ਨੇ ਥੋੜ੍ਹੇ ਦੇਣੇ ਨੇ, ਇਹ ਤਾਂ ਸਾਡੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਅਤੇ ਅਸੀਂ ਸਾਡਾ ਪੈਸਾ ਸਾਨੂੰ ਦੇ ਕੇ ਪਾਰਟੀ ਆਪਦੀ ਜਿਹੜੀ ਹੈ ਪਾਪੂਲੈਰਿਟੀ ਕਿਉਂ ਖੱਟੇ। ਬੜਾ ਇੰਪੋਰਟੈਂਟ ਨੁਕਤਾ ਕੱਢਿਆ ਵਕੀਲ ਰੀਨਾ ਐਨ ਸਿੰਘ ਨੇ, ਕਿਉਂਕਿ ਉਹਦੇ ਵਿੱਚ ਲੱਗਦਾ ਇਹ ਹੈ ਕਿ ਪਾਰਟੀਆਂ ਜਿਹੜੀਆਂ ਨੇ, ਦੇਖੋ ਨਾ ਹੁਣ ਜਿਹੜੀਆਂ ਐਂਬੂਲੈਂਸ ਪਾਈਆਂ ਗਈਆਂ ਪੰਜਾਬ ਦੇ ਵਿੱਚ, ਅਤੇ ਉਹਦੇ ਵਿੱਚ ਫੋਟੋ ਲਾਈ ਗਈ ਬਾਦਲ ਸਾਹਿਬ ਦੀ, ਖਰਚਾ ਸਾਡਾ ਮਸ਼ਹੂਰੀ ਕੰਪਨੀ ਦੀ, ਮਤਲਬ ਕਿਉਂਕਿ ਜੇ ਇਹ ਤਾਂ ਡਿਊਟੀ ਬਣਦੀ ਹੈ, ਹੈਲਥ ਔਰ ਸਿੱਖਿਆ ਜਿਹੜੀ ਹੈ, ਇਹਦਾ ਹੈਲਥ ਐਂਡ ਐਜੂਕੇਸ਼ਨ ਸਰਕਾਰ ਦੀ ਡਿਊਟੀ ਹੈ। ਅੱਜ ਤੁਸੀਂ ਹੈਲਥ 'ਤੇ ਲਾਉਣੇ ਹੋ ਫੋਟੋਆਂ, ਕੱਲ੍ਹ ਸਕੂਲਾਂ 'ਚ ਵੀ ਫੋਟੋ ਲਾ ਦਿਉ ਮੁੱਖ ਮੰਤਰੀ ਦੀਆਂ। ਤੋ ਇਹ ਉਸਨੇ ਕਿਹਾ ਕਿ ਕਰਜ਼ਾ ਮੁਕਤੀ ਦੀ ਨਹੀਂ ਸਾਨੂੰ ਲੋੜ, ਸਾਨੂੰ ਲੋੜ ਹੈ ਕਿਸਾਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਗਰੀਬੀ 'ਚੋਂ ਕੱਢੋ, ਉਹਨਾਂ ਦੀ ਇਨਕਮ ਵਧਾਓ, ਉਹਨਾਂ ਨੂੰ ਰੈਗੂਲਰ ਇਨਕਮ ਵਾਲੀ ਜਿਹੜੀ ਗੱਲ ਉਹ ਕਰੋ, ਇਹ ਉਹਨਾਂ ਦੀ ਗੱਲ ਹੈ। ਤੋ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੂੰ ਇੱਕ ਟਿੱਪਣੀ ਆਈ ਹੈ, ਟਿੱਪਣੀ ਬਹੁਤ ਵਧੀਆ। ਉਹ ਟਿੱਪਣੀ ਵੀ ਇਹ ਵੀ ਟੋਰਾਂਟੋ ਤੋਂ ਹੀ ਹੈ, ਟੋਰਾਂਟੋ ਤੋਂ ਲਿਖ ਰਹੇ ਨੇ ਵਤਨ ਜੀਤ ਸਿੰਘ। ਉਹ ਇਹ ਕਹਿ ਰਹੇ ਨੇ ਕਿ ਜੀ ਸੱਚਮੁੱਚ ਹੀ ਪੰਜਾਬੀਆਂ ਨਾਲ ਇਸ ਮਾਮਲੇ 'ਚ ਠੱਗੀ ਵੱਜੀ ਹੈ ਔਰ ਠੱਗੀ ਮਾਰੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਦੇਖੋ ਜੀ, ਗੱਲ ਵਤਨ ਜੀ ਇਹ ਹੈ ਕਿ ਇਕੱਲੀ ਪੰਜਾਬੀਆਂ ਨਾਲ ਠੱਗੀ ਨਹੀਂ, ਸਾਰੇ ਦੇਸ਼ 'ਚ ਹੀ ਠੱਗੀਆਂ ਵੱਜਦੀਆਂ ਨੇ। ਨਰਿੰਦਰ ਮੋਦੀ ਨੇ ਠੱਗੀ ਮਾਰੀ ਸੀ ਕਿ ਤੁਸੀਂ ਮੈਨੂੰ ਕਿਹਾ ਚੰਗੇ ਦਿਨ ਆਉਣ ਵਾਲੇ ਨੇ, ਵੋਟ ਪਾਓ ਤਾਂ ਸਹੀ, 15 ਲੱਖ ਤੁਹਾਡੇ ਖਾਤੇ 'ਚ ਆਜੂ, ਕਿੱਥੇ ਆ ਗਿਆ, 2 ਕਰੋੜ ਨੌਕਰੀਆਂ ਦੇਵਾਂਗੇ। ਉਹ ਭਾਈ 2 ਕਰੋੜ ਨੌਕਰੀਆਂ ਦੇਣੀਆਂ ਤਾਂ ਕੀ ਸੀ, ਅੱਜ ਇੱਕ ਰਿਪੋਰਟ ਛਪੀ ਹੈ ਹਿੰਦੁਸਤਾਨ ਦੇ ਅਖਬਾਰਾਂ 'ਚ, ਉਹ ਇੱਕ ਬੰਗਲੌਰੂ ਦੀ ਯੂਨੀਵਰਸਿਟੀ ਹੈ, ਉਹਦੇ ਹਵਾਲੇ ਨਾਲ, ਉਹਦੇ 'ਚ ਇਹ ਕਿਹਾ ਗਿਆ, ਯੂਨੀਵਰਸਿਟੀ ਦੀ ਰਿਸਰਚ ਨੇ ਇਹ ਕਿਹਾ ਕਿ ਨੋਟਬੰਦੀ ਦੇ ਦੌਰਾਨ 50 ਲੱਖ ਰੁਜ਼ਗਾਰ, 50 ਲੱਖ ਲੋਕਾਂ ਦਾ ਰੁਜ਼ਗਾਰ ਚਲਾ ਗਿਆ। ਮੇਰੇ ਯਾਦ ਆਇਆ, ਇੱਕ ਰਕਸ਼ੇ ਵਾਲਾ ਮੈਨੂੰ ਮਿਲਿਆ ਸੀ ਉਹਨਾਂ ਦਿਨਾਂ 'ਚ, ਮੈਂ ਕਿਹਾ ਵੀ ਕਿਆ ਹਾਲ ਹੈ ਤੁਹਾਰਾ, ਕਹਿਤਾ ਜੀ ਕਿਆ ਕਰੇ, ਆਜ ਕੱਲ੍ਹ ਕੋਈ ਸਵਾਰੀ ਨਹੀਂ ਮਿਲਤੀ। ਮੈਂ ਕਿਉਂ, ਆਜ ਕੱਲ੍ਹ ਕਿਆ ਹੁਆ, ਕਹਿਤਾ ਜੀ ਪੈਸੇ ਨਹੀਂ ਲੋਕੋਂ ਕੇ ਪਾਸ।
ਦੇਣੇ ਕੋ ਪੈਸੇ ਨਹੀਂ ਹੈ, ਕਿਆ ਕਰੇ ਹਮ ਲੋਕ, ਮਤਲਬ ਹੋਰ ਤਾਂ ਨੌਕਰੀ ਛੱਡੋ, ਰਕਸ਼ਾ ਵਾਲੇ ਦੇ ਵੀ ਨੋਟਬੰਦੀ ਨੇ ਜਿਹੜਾ ਐਡਾ ਵੱਡਾ ਨੁਕਸਾਨ ਕੀਤਾ ਸੀ, ਅਤੇ ਫਿਰ ਜੇ ਉਹ ਜੁਮਲੇਬਾਜ਼ੀ ਹੈ, ਜਦੋਂ ਉਹਨੂੰ ਕਿਹਾ ਅਮਿਤ ਸ਼ਾਹ ਕਹਿੰਦਾ ਉਹ ਤਾਂ ਇਲੈਕਸ਼ਨ ਦੀ ਜੁਮਲੇਬਾਜ਼ੀ ਸੀ, ਅਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਪੰਜਾਬ ਦੇ ਲੋਕਾਂ ਨਾਲ ਠੱਗੀ ਨਹੀਂ, ਮੈਂ ਤਾਂ ਕਹਿੰਦਾ ਹਿੰਦੁਸਤਾਨ ਦੇ ਲੋਕਾਂ ਨਾਲ ਸਾਰੀਆਂ ਪਾਰਟੀਆਂ ਠੱਗੀ ਮਾਰਦੀਆਂ ਨੇ ਜਿੰਨਾ ਚਿਰ ਇਹ ਚੋਣ ਮੈਨੀਫੈਸਟੋ ਜਿਹੜਾ ਹੈ ਉਹ ਲੀਗਲ ਨਹੀਂ ਹੁੰਦਾ। ਮੈਨੂੰ ਖੁਸ਼ੀ ਹੈ ਬਹੁਤ ਸਾਰੇ ਜਿਹੜੇ ਦੋਸਤ ਲਿਖ ਰਹੇ ਨੇ ਹਾਂ ਕਿ ਇਹ ਜਿਹੜਾ ਚੋਣ ਮੈਨੀਫੈਸਟੋ ਨੂੰ, ਚੋਣ ਮਨੋਰਥ ਪੱਤਰ ਨੂੰ ਲੀਗਲਾਈਜ਼ ਕਰ ਲੈਣਾ ਚਾਹੀਦਾ ਹੈ, ਇਸ ਨੂੰ ਲੀਗਲ ਡਾਕੂਮੈਂਟ ਮੰਨਣਾ ਚਾਹੀਦਾ। ਜਿਹੜਾ ਬੰਦਾ ਜਿਹੜੀ ਪਾਰਟੀ ਇਹਦੇ ਵਿੱਚ ਕੋਈ ਗੱਲ ਕਰਦੀ ਹੈ, ਵਾਅਦਾ ਕਰਦੀ ਹੈ, ਉਹ ਜੇ ਨਹੀਂ ਪੂਰਾ ਹੁੰਦਾ ਤਾਂ ਟਾਈਮ ਫਰੇਮ ਦੇਵੇ, ਜੇ ਨਹੀਂ ਪੂਰਾ ਹੁੰਦਾ ਤਾਂ ਉੱਥੇ ਐਕਸ਼ਨ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਇਹ ਹੋਣਾ ਚਾਹੀਦਾ। ਲੇਕਿਨ ਇਹ ਜਿਹੜਾ ਵਕੀਲ ਨੇ ਕੀਤੇ ਆ ਕੇਸ, ਇਹਦੇ 'ਚ ਤਾਂ ਕਹਿ ਕੇ ਜਿਹੜਾ ਕਰਜ਼ਾ ਮਾਫੀ ਹੈ ਉਹ ਤਾਂ ਸਾਡੇ ਪੈਸਾ ਹੈ, ਸਰਕਾਰ ਇਹਦੇ 'ਚ ਜਿਹੜੀ ਹੈ ਨਾ, ਸਰਕਾਰ ਜਦੋਂ ਪੈਸਾ ਮਾਫ ਕਰਦੀ ਹੈ ਸਾਡੇ ਟੈਕਸ ਤਾਂ ਕਰਦੀ ਹੈ, ਅਤੇ ਪਾਰਟੀਆਂ ਕਿਉਂ ਇਹ ਵਾਅਦੇ ਕਰਦੀਆਂ ਨੇ ਲੋਕਾਂ ਨੂੰ ਲੁਭਾਉਣ ਲਈ। ਬਿਲਕੁਲ ਸਹੀ ਗੱਲ ਹੈ, ਦੇਖਦੇ ਹਾਂ ਸੁਪਰੀਮ ਕੋਰਟ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ, ਪਰ ਮੈਂ ਇਸ ਨੂੰ ਇਸ ਤਰੀਕੇ ਨਾਲ ਲੈਣਾ ਕਿ ਇੱਕ ਅਗਲਾ ਸਟੈਪ ਹੈ ਜਿਹੜੀ ਸਾਡੀ ਮੰਗ ਹੈ ਕਿ ਜਿਹੜਾ ਲੀਗਲ ਹੋਣਾ ਚਾਹੀਦਾ ਇਹ ਡਾਕੂਮੈਂਟ ਜਿਹਨੂੰ ਅਸੀਂ ਚੋਣ ਮੈਨੀਫੈਸਟੋ ਕਹਿੰਦੇ ਹਾਂ। ਸੋ ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਪ੍ਰੋਗਰਾਮ ਖਬਰਸਾਰ। ਖਬਰਸਾਰ ਪ੍ਰੋਗਰਾਮ ਜਿਹੜਾ ਹੈ ਉਹ ਰੇਡੀਓ ਜੀ ਪੰਜਾਬ ਦਾ ਲਾਈਵ ਸ਼ੋਅ ਹੈ ਜਿਹਦੇ 'ਚ ਤੁਸੀਂ ਸਾਰੇ ਸਾਡੇ ਨਾਲ ਸ਼ਾਮਿਲ ਹੁੰਦੇ ਹੋ, ਔਰ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਇੰਡੀਅਨ ਟਾਈਮ ਉਹ ਹੈ 8:30 ਸ਼ਾਮ ਨੂੰ ਕਰਦੇ ਹਾਂ, ਅਤੇ ਅੱਜ ਇਹ ਪ੍ਰੋਗਰਾਮ ਅਸੀਂ ਜਿਹੜਾ ਹੈ ਇਸ ਵਕਤ ਕਰ ਰਹੇ ਹਾਂ, ਔਰ 8:30 ਇਸ ਪ੍ਰੋਗਰਾਮ ਨੂੰ ਅਸੀਂ ਰਿਪੀਟ ਕਰਾਂਗੇ, ਅਤੇ ਰਿਪੀਟ ਕਰਨ ਤੋਂ ਬਾਅਦ ਜਿਹੜਾ ਹੈ ਇਸ ਨੂੰ ਅਗਲੇ ਦਿਨ ਲਈ ਵੀ ਰਿਪੀਟ ਕਰਦੇ ਹਾਂ। ਸੋ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਅਸੀਂ ਤੁਹਾਨੂੰ ਹਮੇਸ਼ਾ ਸੱਦਾ ਦਿੰਦੇ ਹਾਂ। ਇੱਕ ਜਿਹੜੀ ਖਬਰ ਹੈ, ਬੜੀ ਅਜੀਬ ਖਬਰ ਹੈ, ਖਾਸ ਤੌਰ 'ਤੇ ਤੁਸੀਂ ਜਿਹੜੇ ਮੇਰੇ ਸਰੋਤੇ ਬਾਹਰ ਬੈਠੇ ਨੇ, ਜਿਹੜੇ ਕਨੇਡਾ 'ਚ ਨੇ, ਅਮਰੀਕਾ 'ਚ ਨੇ, ਆਸਟ੍ਰੇਲੀਆ 'ਚ ਨੇ, ਯੂਰਪ ਦੇ ਕੰਟਰੀ 'ਚ ਬੈਠੇ ਹੋ ਤੁਸੀਂ, ਤੁਹਾਡੇ ਲਈ ਤਾਂ ਇਹ ਜਿਹੜੇ ਨਵੇਂ ਸਰੋਤੇ ਨੇ, ਕਿਉਂਕਿ ਮੈਂ ਸਮਝਦਾ ਕਿ ਇਹ ਰੇਡੀਓ ਜੀ ਪੰਜਾਬ ਦੇ ਸਰੋਤੇ ਨਵੇਂ ਜ਼ਿਆਦਾ ਹੋਣਗੇ, ਕਾਰਨ ਉਹਨਾਂ ਦਾ ਕਿ ਇਹ ਐਪ ਰੇਡੀਓ ਹੈ, ਅਤੇ ਐਪ ਦੀ ਜਿਹੜੀ ਟੈਕਨੋਲੋਜੀ ਹੈ ਉਹ ਸੱਚਮੁੱਚ ਹੀ ਕਈ ਵਾਰ ਜਿਹੜੇ ਬਜ਼ੁਰਗ ਨੇ, ਮੈਂ ਨਹੀਂ ਕਹਿੰਦਾ ਪਰ ਵੱਡੀ ਗਿਣਤੀ 'ਚ ਬਜ਼ੁਰਗ ਦੇ ਨਾਲ ਹਾਲੇ ਯੂਜ ਟੂ ਨਹੀਂ ਹੋਏ, ਅਤੇ ਉਹਨਾਂ ਲਈ ਇਹ ਖਬਰ ਇਸ ਕਰਕੇ ਇੰਪੋਰਟੈਂਟ ਹੋਏਗੀ ਜਾਂ ਉਹਨਾਂ ਲਈ ਹੈਰਾਨੀਜਨਕ ਹੋਏਗੀ ਕਿ ਪੰਜਾਬ 'ਚ ਹਾਲੇ ਵੀ ਇਹ ਕੁਛ ਚੱਲ ਰਿਹਾ, ਅਤੇ ਚੱਲ ਵੀ ਉੱਥੇ ਰਿਹਾ ਜਿੱਥੇ ਖਾਲਸੇ ਦਾ ਜਨਮ ਹੋਇਆ ਸੀ। ਅਨੰਦਪੁਰ ਸਾਹਿਬ ਦਾ ਲਾਗੇ ਇੱਕ ਪਿੰਡ ਹੈ ਬਿਜੜੀ, ਉੱਥੇ ਇੱਕ ਖਬਰ ਆਈ ਕਿ ਇੱਕ ਔਰਤ ਜਿੱਥੇ ਵਿਆਹ ਨੂੰ ਹਾਲੇ 10 ਸਾਲ ਹੋਏ ਨੇ, ਉਹਦੇ 5 ਕੁੜੀਆਂ ਨੇ, 5 ਕੁੜੀਆਂ ਜਿਹੜੀ 5ਵੀਂ ਕੁੜੀ ਹੈ ਹਾਲੇ 3-4 ਮਹੀਨੇ ਦੀ ਹੋਈ ਹੈ, ਉਹਦੇ ਪਤੀ ਨੇ ਇਸ ਕਰਕੇ ਉਸਦਾ ਗਲਾ ਘੁੱਟ ਕੇ ਮਾਰਤਾ ਕਿ ਤੂੰ ਧੀਆਂ ਪੈਦਾ ਕਿਉਂ ਕਰਦੀ ਹੈ, ਤੂੰ ਮੁੰਡਾ ਪੈਦਾ ਕਿਉਂ ਨਹੀਂ ਕੀਤਾ, ਉਹਦਾ ਗਲਾ ਘੁੱਟ ਕੇ ਮਾਰਤਾ। ਹੈਰਾਨੀ ਦੀ ਗੱਲ ਹੈ, ਹੈ ਨਾ ਹੈਰਾਨੀ ਦੀ ਗੱਲ, ਕਿ ਤੁਹਾਨੂੰ ਲੱਗਦਾ ਹੈ ਕਿ ਉਸ ਧਰਤੀ 'ਤੇ ਜਿੱਥੇ ਅਸੀਂ ਬਾਬਾ ਨਾਨਕ ਦਾ ਹੁਣ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿੱਥੇ ਗੁਰਬਾਣੀ ਦੀ ਹੋਰ ਲਾਈਨ ਲੋਕਾਂ ਨੂੰ ਯਾਦ ਹੋਵੇ ਨਾ ਹੋਵੇ, ਕਿਉਂਕਿ ਹਰ ਰੋਜ਼ ਅਸੀਂ ਸਵੇਰੇ ਜਪਜੀ ਸਾਹਿਬ ਦੇ ਟਾਈਮ ਇਸ ਨੂੰ ਪੜ੍ਹਦੇ ਹਾਂ, ਔਰ ਹਰ ਕੀਰਤਨ ਜਿੰਨੇ ਕੀਰਤਨ ਹਰ ਗੁਰਦੁਆਰੇ 'ਚ ਹੁੰਦਾ ਉੱਥੇ ਇਸ ਨੂੰ ਵਾਰ ਵਾਰ ਪੜ੍ਹਿਆ ਜਾਂਦਾ, ਔਰ ਆਮ ਬੰਦੇ ਦੇ ਵੀ ਯਾਦ ਹੈ। ਸੋ ਕਿਉਂ ਬੰਦਾ ਆਖੀਏ, ਜਦ ਜੰਮੇ ਰਾਜਾਨ ਅਤੇ ਰਾਜਾਨ ਜੰਮਣ ਵਾਲੀ ਬੱਚੀ ਨੂੰ ਇਸ ਤਰ੍ਹਾਂ ਮਾਰਿਆ ਜਾਵੇ, ਇਸ ਕਰਕੇ ਮਾਰਿਆ ਜਾਵੇ ਕਿ ਤੂੰ ਕੁੜੀਆਂ ਪੈਦਾ ਕਰ ਰਹੀ ਹੈ, ਤੋ ਇਸ ਧਰਤੀ 'ਤੇ ਜਿਹੜੀ ਗੁਰੂਆਂ ਦੀ ਧਰਤੀ ਹੋਵੇ, ਅਤੇ ਹੈਰਾਨੀ ਦੀ ਗੱਲ ਹੈ ਕਿ ਇਹ ਹਾਲੇ ਵੀ ਚੱਲ ਰਿਹਾ, ਔਰ ਸਭ ਨੂੰ ਪਤਾ ਹੈ ਬਾਇਓਲੋਜੀਕਲੀ ਕਿ ਪਤਨੀ ਦੇ ਹੱਥ ਕੀ ਹੈ ਕਿ ਮੁੰਡਾ ਜਾਂ ਕੁੜੀ ਹੋਣਾ। ਲੇਕਿਨ ਦੁੱਖ ਉਹਦੇ ਹੁੰਦਾ ਜਿਹੜੇ ਸਾਡੇ ਸੰਤ ਸਾਧ ਪੰਡਿਤ ਅੱਜ ਤਵੀਤਾਂ ਵਾਲੇ ਬੈਠੇ ਨੇ, ਇਹ ਜਦੋਂ ਦਿੰਦੇ ਨੇ ਕਰਕੇ ਕਿ ਤੂੰ ਆਹ ਲੱਡੂ ਲੈ ਜਾ, ਮੈਂ ਪੜ੍ਹਤਾ ਅੱਜ ਇਲਾਇਚੀ ਖਾ, ਜਾਂ ਇਹਨੇ ਮੰਤਰ ਪੜ੍ਹ ਕੇ ਕਰੀ ਅਤੇ ਤੂੰ ਦੇਖੀ, ਜਾਂ ਮੀਟ ਆਂਡਾ ਸ਼ਰਾਬ ਛੱਡ ਦਿਉ ਤੁਹਾਡੇ ਮੁੰਡਾ ਹੋਊਗਾ, ਇਹੋ ਜਿਹੇ ਡਰਾਮੇ ਜਿਹੜੇ ਉਹ ਕਰਦੇ ਨੇ, ਅਤੇ ਉਹ ਉਹਨਾਂ ਦਾ ਕਾਰਨ ਜਾਂ ਸਾਡੀ ਜਿਹੜੀ ਬਿਰਤੀ ਦੇ ਕਾਰਨ ਇਹ ਹਾਲੇ ਵੀ ਇਹ ਚੱਲ ਰਿਹਾ, ਬੜੇ ਦੁੱਖ ਦੀ ਖਬਰ ਹੈ। ਔਰ ਇਸ ਨੂੰ ਅਵੇਅਰਨੈਸ ਦੀ ਜਿਹੜੀ ਕਮੀ ਕਹਿ ਲਓ, ਇਸ ਨੂੰ ਕਿਵੇਂ ਬੰਦ ਕਰਨਾ,
ਹਾਲ ਦੀ ਘੜੀ ਸਮਝ ਤੋਂ ਪਰੇ ਹੈ, ਪੜ੍ਹਾਈ ਲਿਖਾਈ ਵੀ ਵੱਧ ਰਹੀ ਹੈ, ਮੀਡੀਆ ਵੀ ਇਹ ਗੱਲ ਕਰ ਰਿਹਾ, ਪਰ ਇਸ ਦੇ ਬਾਵਜੂਦ ਅਤੇ ਜੇ ਇਹ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਬਹੁਤ ਕੁਛ ਗੜਬੜ ਹੋਏਗਾ। ਪਹਿਲਾਂ ਫੀਮੇਲ ਫੋਟੀਸਾਈਡ ਹੋ ਰਹੀ ਸੀ, ਗੜਬੜ ਜਿਹੜੀ ਹੈ ਉਹਦਾ ਸੋਚ ਲੈਣਾ ਚਾਹੀਦਾ। ਚੀਨ ਨੇ ਗੜਬੜ ਕੀਤੀ ਸੀ, ਇੱਕ ਬੱਚਾ ਕੀਤਾ ਸੀ ਅਤੇ ਹੁਣ ਉੱਥੇ ਕੁੜੀਆਂ ਦੀ ਗਿਣਤੀ ਘੱਟ ਗਈ, ਤੁਹਾਨੂੰ ਸਭ ਨੂੰ ਪਤਾ। ਪਾਕਿਸਤਾਨ ਦੇ ਵਿੱਚ ਕੰਮ ਚੱਲ ਰਿਹਾ, ਪਾਕਿਸਤਾਨ ਤੋਂ ਕੁੜੀਆਂ ਲੈ ਕੇ ਜਾਂਦੇ ਨੇ ਉਹ ਵਿਆਹ ਕੇ ਚੀਨ ਵਾਲੇ। ਸੋ ਇਹ ਬੜਾ ਕੁਛ ਇਹਦੇ ਨਾਲ ਜੁੜਿਆ ਹੋਇਆ, ਇਹ ਤਵਾਜ਼ਨ ਬਣਿਆ ਰਹਿਣਾ ਚਾਹੀਦਾ ਹੁੰਦਾ। ਸੋ ਮੈਂ ਜਦੋਂ ਇਹ ਗੱਲ ਕਰ ਰਿਹਾ ਸੀ ਤਾਂ ਇੱਕ ਮੈਸੇਜ ਹੈ ਰੇਡੀਓ ਜੀ ਪੰਜਾਬ gmail.com 'ਤੇ ਕਿ ਇਹ ਫਿਰ ਕਿਵੇਂ ਰੋਕਿਆ ਜਾਵੇ, ਨੰਨੀ ਸ਼ਾਂ ਦਾ ਕੋਈ ਅਸਰ ਨਹੀਂ। ਨੰਨੀ ਸ਼ਾਂ ਦਾ ਅਸਰ, ਗੱਲ ਤਾਂ ਤੁਹਾਡੀ ਠੀਕ ਹੈ, ਨੰਨੀ ਸ਼ਾਂ ਤਾਂ ਹਾਲੇ ਉਹਨੂੰ ਟਿਕਟ ਨਹੀਂ ਮਿਲਿਆ, ਨੰਨੀ ਸ਼ਾਂ ਨੂੰ ਤਾਂ ਬਠਿੰਡੇ, ਉਹ ਇੱਥੇ ਕਿੱਥੇ ਧਿਆਨ ਦੇ ਦਿਉ। ਚਲੋ ਇਹ ਤਾਂ ਮਜ਼ਾਕ ਵਾਲੀ ਗੱਲ ਹੈ, ਗੱਲ ਸੱਚਮੁੱਚ ਹੀ ਤੁਹਾਡੀ ਠੀਕ ਹੈ ਕਿ ਲੋਕ ਲੱਗੇ ਹੋਏ ਨੇ, ਪਰ ਇਹ ਜਿਹੜੇ ਜ਼ਿਆਦਾ ਐਨ ਜੀ ਓਜ਼ ਨੇ ਜਾਂ ਨੰਨੀ ਸ਼ਾਂ ਵਰਗੀਆਂ ਐਨ ਜੀ ਓ ਨੇ, ਉਹ ਤਾਂ ਹੈ ਪੋਲੀਟੀਕਲ, ਉਹਨਾਂ ਦੀ ਤਾਂ ਮੈਂ ਗੱਲ ਨਹੀਂ ਕਰਦਾ, ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ, ਪਰ ਮੈਂ ਇਹ ਜ਼ਰੂਰ ਸਮਝਦਾ ਕਿ ਇਸ ਪਾਸੇ ਸਾਡੇ ਜਿਹੜੇ ਟੀਚਰਸ ਨੂੰ, ਸਕੂਲਾਂ ਨੂੰ, ਕਾਲਜਾਂ ਨੂੰ, ਟੀਚਰਸ ਨੂੰ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ, ਔਰ ਦੋਸਤਾਂ ਦੇ ਵਿੱਚ, ਲੋਕਾਂ ਦੇ ਵਿੱਚ ਇਸ ਕਿਸਮ ਦੀ ਜਿਹੜਾ ਸੰਵਾਦ ਕਰਨਾ ਚਾਹੀਦਾ ਕਿ ਇਹ ਗੱਲ ਜਿਹੜੀ ਹੈ, ਜਾਂ ਸਾਡੇ ਤਰਕਸ਼ੀਲਾਂ ਨੂੰ ਅੱਗੇ ਆਉਣਾ ਚਾਹੀਦਾ, ਹੋਰ ਅੱਗੇ ਹਾਲਾਂਕਿ ਉਹ ਕੰਮ ਕਰ ਰਹੇ ਨੇ, ਹੋਰ ਅੱਗੇ ਆ ਕੇ ਲੋਕਾਂ ਨੂੰ ਇਸ ਬਾਰੇ ਅਵੇਅਰ ਕਰਨਾ ਚਾਹੀਦਾ ਕਿ ਇੱਥੇ ਕਿਸੇ ਦਾ ਬਸ ਦੀ ਗੱਲ ਨਹੀਂ ਹੁੰਦੀ, ਇਹ ਸਾਰੀਆਂ ਗੱਲਾਂ ਦੀ ਲੋੜ ਹੈ। ਪ੍ਰਸਤੁਤ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰਸਾਰ। ਖਬਰਸਾਰ ਪ੍ਰੋਗਰਾਮ ਦਾ ਵਕਤ ਲਗਭਗ ਜਿਹੜਾ ਹੈ ਖਤਮ ਹੋ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ, ਤੁਸੀਂ ਸਾਰੇ ਸਾਡੇ ਨਾਲ ਸ਼ਾਮਿਲ ਹੁੰਦੇ ਹੋ, ਇਹ ਲਾਈਵ ਪ੍ਰੋਗਰਾਮ ਹੁੰਦਾ ਰੇਡੀਓ ਜੀ ਪੰਜਾਬ ਦਾ, ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹਦੇ ਬਾਰੇ ਦੱਸੋਗੇ, ਔਰ ਇਹ ਪ੍ਰੋਗਰਾਮ ਨੂੰ ਅਸੀਂ ਲਾਈਵ ਕਰਦੇ ਹਾਂ, ਪਰ ਉਸ ਤੋਂ ਬਾਅਦ ਕਈ ਵਾਰੀ ਇਸ ਨੂੰ ਰਿਪੀਟ ਵੀ ਕਰਦੇ ਹਾਂ, ਔਰ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਸਾਨੂੰ ਸੁਝਾਉਣ ਦੀ ਲੋੜ ਹੈ, ਤੁਹਾਡੇ ਹੁੰਗਾਰੇ ਦੀ ਲੋੜ ਹੈ, ਅਤੇ ਜਦੋਂ ਜਿਉਂ ਜਿਉਂ ਤੁਹਾਡਾ ਹੁੰਗਾਰਾ ਆਏਗਾ ਤਾਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ। ਰੱਬ ਰਾਖਾ, ਸਤਿ ਸ਼੍ਰੀ ਅਕਾਲ।